ਇਹ ਜਦ ਦਾ ਆਪਣਾ ਸੰਦੀਪ ਦਾ ਫੋਨ ਆਇਆ ਸੀ ਮੈਂ ਉਸ ਦਿਨੇ ਸੋਚਿਆ ਸੀ ਕਿ ਤੁਹਾਡੀ ਤੇ ਆਰਿਫ ਲੋਹਾਰ ਸਾਹਿਬ ਨਾਲ ਇੱਕ ਕੋਲੈਬੋਰੇਸ਼ਨ ਹੋਵੇ ਵੀ ਮੈਂ ਨਾ ਸੋਚ ਨਹੀਂ ਸਕਦੇ ਵੀ ਕਈ ਵਾਰ ਆਪਾਂ ਕਹਿੰਦੇ ਨੇ ਨਾ ਵੀ ਜੋ ਮੈਂ ਸੋਚਿਆ ਸੀ ਜੋ ਮੇਰੇ ਮਨ ਦੇ ਅੰਦਰ ਚੱਲ ਰਿਹਾ ਸੀ ਵੀ ਉਹ ਕੋਈ ਮੂਰਲਾ ਸ਼ਖਸ਼ ਜਾਂ ਸ਼ਖਸੀਅਤ ਸੋਚ ਰਹੀ ਹੈ ਹਾਂਜੀ ਮੇਰੇ ਖਿਆਲ ਵਰਿਆਂ ਦਾ ਹੀ ਸੁਪਨਾ ਹੈ ਬੜੀ ਪਤਲੀ ਪਤਲੀ ਜਿਹੀ ਹੁੰਦੀ ਸੀ ਦੰਦ ਵੀ ਥੋੜੇ ਜਿ ਮੇਰੇ ਉੱਚੇ ਹੁੰਦੇ ਸੀਗੇ ਹਨਾ ਇਤਾਂ ਦੀ ਇਹ ਤਾਂ ਮੇਰੇ ਵੀ ਹੈਗੇ ਆ ਉੱਚੇ ਪਰ ਇਹ ਕੋਈ ਰਿਕਾਵਟ ਨਹੀਂ ਹੈ ਕਿਸੇ ਚੀਜ਼ ਦੀ ਨਹੀਂ ਆਪਾਂ ਹੁਣ ਮੰਨਦੇ ਆਂ ਵੀ ਰਿਕਾਵਟ ਨਹੀਂ ਪਰ ਜਿਨ੍ਹਾਂ ਨੇ ਰਿਕਾਵਟਾਂ ਪਾਉਣੀਆਂ ਨੇ ਨਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਹਾਈਲਾਈਟ ਕਰਨਾ ਹੈ ਹਾਈਲਾਈਟ ਕਰਨਾ ਸਾਡੇ ਸਿਆਣੇ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਦੇ ਘਰੇ ਕੁੜੀ ਮੰਗਣੀ ਹੈ ਜਾਂ ਮੁੰਡਾ ਮੰਗਣਾ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੀਆਂ ਔਰਤਾਂ ਨੂੰ ਜਾ ਕੇ ਦੇਖੋ ਹੂੰ ਜੇ ਉਹ ਨਾਲ ਦੇ ਜੇਰੇ ਮਰ ਜਾਏ ਆ ਨਾ ਤਾਂ ਉੱਥੇ ਕੁੜੀ ਕਦੇ ਨਾ ਦਿਓ। ਹਮੇਸ਼ਾ ਡਬਲ ਪਾਵਰ ਬਣ ਕੇ ਰੋ ਉਹ ਮੈਂ ਇਕੱਲੀ ਨਹੀਂ ਬਣ ਸਕਦੀ। ਇੱਕ ਟੀਮ ਹੁੰਦੀ ਹੈ ਜਿਵੇਂ ਹੁਣ ਜਿਗਰਾ गाना ਆਇਆ ਹੈ ਨਾ ਜੀ ਇੱਕ ਟੀਮ ਹੈ। ਸਾਡੇ ਅਮਦ ਅਮਦਦੀਪ ਗਰੇਵਾਲ ਸਾਹਿਬ ਨੇ ਸੰਦੀਪ ਹੈ, ਲੱਭੀ ਹੈ, ਮੇਰੇ ਹਸਬੰਡ ਹੈ, ਮੈਂ ਹਾਂ ਸਿਮਰਨ ਟਾਂਡਲੀ ਹੈ। ਇੱਕ 뮤ਜ਼ਿਕ ਹੈ। ਸਾਰੀ ਇਕ ਟੀਮ ਹੈ। ਫਿਰ ਜਾ ਕੇ ਕਿਤੇ ਜਿਗਰਾ ਬਣਿਆ। ਇੱਕ ਹੋਰ ਮੈਂ ਮੰਗ ਲੈਣਾ ਅੱਜ ਜਾਂਦੇ ਜਾਂਦੇ ਤੁਹਾਡੇ ਤੋਂ ਕਿ ਸ਼ਾਇਦ ਅਗਲੇ ਸਾਲ ਆਪਾਂ ਦੁਬਈ 'ਚ ਇਹਦਾ ਪ੍ਰੀਮੀਅਰ ਕਰੀਏ ਕਿ ਆਰਿਫ ਲੋਹਾਰ ਸਾਹਿਬ ਉਹ ਦਰੁਆ ਨੇ ਤੁਸੀਂ ਇਧਰੋਂ ਗਏ ਨੇ ਤੇ ਆਪਾਂ ਉੱਥੇ ਆਡੀਓ ਰਿਲੀਜ਼ ਕਰ ਰਹੇ ਆ ਗਾਣੇ ਦਾ ਬਸ ਇਹ ਸੁਪਨਾ ਥੋੜਾ ਬਹੁਤ ਜਲਦੀ ਪੂਰਾ ਹੋਵੇ ਨਹੀਂ ਨਹੀਂ ਚੀਜ਼ਾਂ ਕਰਦੇ ਮੈਂ ਬੋਲਦੇ ਰਹਿਣਾ ਚਾਹਦਾ ਕਿਉਂਕਿ ਪਤਾ ਨਹੀਂ ਕਦ ਉਹ ਕਹਿੰਦੇ ਨੇ ਕਿ ਮੈਨੂੰ ਉਹਨਾਂ ਦਾ ਬੇਟਾ ਵੀ ਬੜਾ ਪਸੰਦ ਆ ਜਦੋਂ ਵਾਏ ਬਾਲ ਕਰਕੇ ਆ ਹਾਂ ਇਹ ਕਰਕੇ ਉਹ ਕਰਦਾ ਨਾ ਕੀ ਹੈ ਬਾਤ ਸਰਸਵਤੀ ਕਹਿੰਦੇ ਕਿ 24 ਘੰਟੇ 'ਚ ਇੱਕ ਦਿਨ ਸੱਚੀ ਕਿ ਹੁੰਦੀ ਹੈ ਤੇ ਬੈਠੀ ਹੁੰਦੀ ਹੈ ਤੇ ਕੀ ਪਤਾ ਹੁਣ ਬੈਠੀ ਹੋਵੇ ਤਾਂ ਸੱਚੀ ਹੋ ਜੇ ਬਿਲਕੁਲ ਜੀ ਸੱਚੀ ਸੱਚੀ ਗੱਲ ਮੈਮ ਸੱਚ ਗੱਲ ਜੀ ਕੀ ਹਾਲ ਚਾਲ ਬਹੁਤ ਅੱਛੇ ਜੀ ਕਿਰਪਾ ਵਾਈਗ੍ਰੋਦੀ ਤੇ ਹਰ ਬੱਚੇ ਦਾ ਨਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਕਦੀ ਨਾ ਕਦੀ ਨਾ ਐਸ ਜੇ ਆਰਟਿਸਟ ਨਾਲ ਬੈਠ ਕੇ ਗੱਲਬਾਤ ਕਰੇ ਤੇ ਮੈਨੂੰ ਲੱਗਦਾ ਜਦ ਦੇ ਮੈਂ ਇੰਟਰਵਿਊ ਸ਼ੁਰੂ ਕੀਤੇ ਆ ਨਾ ਮੇਰੀ ਕਈ ਚੀਜ਼ਾਂ ਪੂਰੀ ਹੋ ਰਹੀਆਂ ਕਿ ਮੈਂ ਸੰਦੀਪ ਦਾ ਫੋਨ ਆਇਆ ਮੈਨੂੰ ਕਿ ਆਪਾਂ ਨਾ ਜਸਵਿੰਦਰ ਮੈਮ ਦਾ ਇੰਟਰਵਿਊ ਕਰਨਾ ਤੇ ਮੈਂ ਬੜਾ ਖੁਸ਼ ਹੋ ਗਿਆ ਕੀ ਕੰਦਰੋਂ ਤੁਹਾਨੂੰ ਹੁੰਦਾ ਨੇ ਕਿ ਆਪਾਂ ਲੈਜੈਂਡਸ ਨੂੰ ਮਿਲিয়ে ਗੱਲਬਾਤ ਕਰੀਏ ਜੇ ਤੁਸੀਂ ਉਸ ਫੀਲਡ 'ਚ ਹੈਗੇ ਹੋ ਹਨਾ ਤੇ ਵੈਸੇ ਵੀ ਐਜ਼ ਅ ਫੈਨ ਵੀ ਮਿਲਣਾ ਚਾਹੁੰਦੇ ਆ ਲੋਕੀ ਤੇ ਅੱਜ ਮੇਰਾ ਇੱਕ ਹੋਰ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਮਿਲਣ ਦਾ ਤੇ ਮੇਰੀ ਇੱਕ ਇੱਛਾ ਹੈਗੀ ਹੈ ਤੁਹਾਡੇ ਨਾਲ ਕਿ ਇਹ ਜਦਾ ਆਪਣਾ ਸੰਦੀਪ ਦਾ ਫੋਨ ਹੈ ਜੀ ਮੈਂ ਉਸ ਦਿਨੇ ਸੋਚਿਆ ਸੀ ਕਿ ਤੁਹਾਡੀ ਤੇ ਆਰਿਫ ਲੋਹਾਰ ਸਾਹਿਬ ਨਾਲ ਇੱਕ ਕੋਲੈਬੋਰੇਸ਼ਨ ਹੋਵੇ ਵੀ ਮੈਂ ਨਾ ਸੋਚ ਨਹੀਂ ਸਕਦੇ ਬਈ ਕਈ ਵਾਰ ਆਪਾਂ ਕਹਦੇ ਨੇ ਨਾ ਵੀ ਜੋ ਮੈਂ ਸੋਚਿਆ ਸੀ ਜੋ ਮੇਰੇ ਮਨ ਦੇ ਅੰਦਰ ਚੱਲ ਰਿਹਾ ਸੀ ਵੀ ਉਹ ਕੋਈ ਮੂਰਲਾ ਸ਼ਖਸੀਅਤ ਸਕਸ਼ੀਅਤ ਆ ਸੋਚ ਰਹੀ ਹੈ ਹਾਂਜੀ ਮੇਰੇ ਖਿਆਲ ਵਰਿਆਂ ਦਾ ਹੀ ਸੁਪਨਾ ਹੈ ਹਮ ਕਿਉਂਕਿ ਮੈਂ ਪਾਕਿਸਤਾਨ ਦੇ ਗੀਤ ਬਹੁਤ ਸੁਣਦੇ ਖਾਸ ਕਰਕੇ ਜਿਹੜੀ ਫੋਕ ਗਾਇਕੀ ਆ ਬਿਲਕੁਲ ਵੀ ਮੈਂ ਉਹਨਾਂ ਸਿੱਖੀ ਨਹੀਂ ਵੀ ਮੈਂ ਡੂੰਗੇ ਕਲਾਕਾਰਾਂ ਨੂੰ ਸੁਣ ਸਕਾਂ ਜਾਂ ਉਹਨਾਂ ਦੀ ਰਮਜ ਨੂੰ ਸਮਝ ਸਕਾਂ ਪਰ ਮੈਂ ਉਹੋ ਜਿਹੀ ਕਲਾਕਾਰ ਮਤਲਬ ਹੈ ਬਹੁਤ ਅੱਛੇ ਕਲਾਕਾਰ ਹੈ ਨਾ ਪਰ ਜਿਹੜੇ ਮੈਂ ਮਤਲਬ ਮੈਨੂੰ ਆਇ ਲੱਗਦਾ ਜਿਵੇਂ ਆ ਆਰਫ ਲੋਹਾਰ ਸਾਹਿਬ ਹੋਗੇ ਬੋਲ ਮਿੱਟੀ ਦੇ ਬਾਬਿਆ ਰੇਸ਼ਮਾ ਜੀ ਗੁਲਾਮ ਮਲੀ ਸਾਹਿਬ ਦੀਆਂ ਪੁਸ਼ਕ ਗ਼ਜ਼ਲਾਂ ਜੋ ਫਿਲਮਾਂ ਦੇ ਅੰਦਰ ਆਈਆਂ ਮੈਂ ਬਹੁਤ ਸੁਣਿਆ ਅਫਸਾਜ਼ੀ ਬਹੁਤ ਸੋਹਣੇ ਤੇ ਇੱਕ ਨਾ ਹੀ ਦਫ਼ਤਰ ਫਿਲਮਾਂ 'ਚ ਹੁੰਦੇ ਸੀਗੇ ਉਹ ਕੁਸ਼ਕ ਦੇ ਨਾਮ ਮੇਰੇ ਮਾਈਂਡ 'ਚੋਂ ਵਾਸ਼ ਹੋ ਗਏ ਰੇਡੀਓ ਤੇ ਸੁਣਦੇ ਹੁੰਦੇ ਸੀ ਉਹ ਤੋਂ ਕੋਈ ਸੁਰਕਲਾਮ ਦਾ ਮੈਨੂੰ ਪਤਾ ਨਹੀਂ ਹੁੰਦਾ ਸੀ ਹਾਂ ਕਿਉਂਕਿ ਪਿੰਡਾਂ 'ਚ ਰਹਿੰਦੇ ਸੀਗੇ ਹਰਿਆਣੇ ਦੇ ਸੀਗੇ ਅਸੀਂ ਉਹ ਤੋਂ ਕੋਈ ਪਤਾ ਨਹੀਂ ਹੁੰਦਾ ਸੀ ਵੀ ਸੁਰ ਤਾਲ ਕੀ ਚੀਜ਼ ਹੈ ਜਾਂ ਕੌਣ ਚੰਗਾ ਗਾਇਕ ਹੈ ਜਾਂ ਕੌਣ ਹੂੰ ਇਹੋ ਹੈ ਕਿਉਂਕਿ ਇਸ ਚੀਜ਼ ਦੀ ਨੌਲੇਜ ਹੀ ਨਹੀਂ ਸੀ ਸੁਰਾਂ ਬਾਰੇ ਪਤਾ ਹੀ ਨਹੀਂ ਸੀਗਾ ਬਿਲਕੁਲ ਪਰ ਪਾਕਿਸਤਾਨ ਦੇ ਘਰਾਂ 'ਚ ਮੈਂ ਬਹੁਤ ਸੁਣਦੀ ਸੀ ਹੂੰ ਪਤਾ ਨਹੀਂ ਕਿਉਂ ਇਹ ਰੀਜ਼ਨ ਦਾ ਮੈਨੂੰ ਨਹੀਂ ਪਤਾ ਹੂੰ ਤੇ ਤੁਸੀਂ ਇੱਕ ਗੱਲ ਹੋਰ ਦੇਖੋਗੇ ਵੀ ਜਦੋਂ ਆਪਣਾ ਬੇਵਿਦ ਭਾਰਤੀ ਤੇ ਗਾਣੇ ਆਉਂਦੇ ਸਵੇਰ 8 ਤੋਂ 9 ਵਜੇ ਤੱਕ ਤੇ ਉਦੋਂ ਸਾਡੇ ਘਰ ਦੇ ਕੰਮਾਂ ਦਾ ਟਾਈਮ ਸਕਸ ਕਰਕੇ ਸੰਡੇ ਨੂੰ ਉਦੋਂ ਪ੍ਰੋਗਰਾਮ ਆਉਂਦਾ ਤੇ ਤੁਸੀਂ ਦੇਖੋ ਵੀ ਮੈਂ ਉਸ ਮਾਹੌਲ ਚੋਂ ਨਿਕਲ ਕੇ ਆਈ ਆ ਜਦੋਂ ਉਹਨਾਂ ਨੇ ਕਹਿਣਾ ਜੀ ਆ ਗਾਣਾ ਇਸ ਮੂਵੀ ਦਾ ਇਹ ਗਾਣਾ ਹੈ ਕਿ ਇਸ ਨੂੰ ਸਵਰ दिया ਹੈ ਲਤਾ ਮੰਗੇਸ਼ਕਰ ਜੀ ਨੇ ਹੈਨਾ ਇਸ ਮੂਵੀ ਦਾ ਇਹ ਗਾਣਾ ਹੈ ਇਸ ਨੂੰ ਸਵਰ دیا ਹੈ ਆਸ਼ਾ ਭੋਸਲੇ ਜੀ ਨੇ ਮੈਂ ਕਹਿਣਾ ਗਾਇਆ ਤਾਂ ਰੇਖਾ ਨੇ ਸਹੀ ਗੱਲ ਹੈ ਗਾਇਆ ਤਾਂ ਹਿਮਾ ਮਾਲੀ ਹੈ ਕੀ ਕੀ ਤਾਂ ਨਾਲ ਹੀ ਜਾਂਦਾ ਦੇਖੋ ਜੀ ਉਸ ਮਾਹੌਲ ਚ ਨਿਕਲ ਕੇ ਅੱਜ ਮੈਂ ਤੁਹਾਡੇ ਰੂਬਰੂ ਆਜ ਤੋ ਇਹ ਵੀ ਨਹੀਂ ਪਤਾ ਹੁੰਦਾ ਸੀ ਵੀ ਪਲੇ ਬੈਕ ਸਿੰਗਰ ਕੋਈ ਹੋਰ ਹੁੰਦਾ ਤੇ ਸਿਰਫ ਲਿਪਸ ਮੂਵਮੈਂਟ ਐਕਟਰਸ ਕੋਈ ਹੋਰ ਹੁੰਦੀ ਐ ਐਕਟਿੰਗ ਕਿਤੇ ਹੋਰ ਹੁੰਦੀ ਐ ਉਸ ਮਾਹੌਲ ਚੋਂ ਨਿਕਲ ਕੇ ਮੈਨੂੰ ਪਰਮਾਤਮਾ ਨੇ ਕਿੱਥੇ ਪਹੁੰਚਾਇਆ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਡੈਸਟੀਨਿਟੀ ਨਾਲ ਲਿਖੀ ਹੁੰਦੀ ਐ ਮੈਂ ਪਹਿਲਾਂ ਅਸੀਂ ਜੋ ਮਰਜ਼ੀ ਕਹਿ ਲਈਏ ਕਿ ਆਪਾਂ ਸਿਗਾ ਇਹ ਸਿਗਾ ਲੇਕਿਨ ਹਰ ਚੀਜ਼ ਡਿਸਾਈਡਡ ਐ ਜੋ ਜਿਸ ਬੰਦੇ ਨੂੰ ਮਿਲਣਾ ਐ ਉਹ ਮਿਲਣਾ ਹੀ ਮਿਲਣਾ ਐ ਚਾਹੇ ਉਹ ਲੇਟ ਮਿਲੇ ਚਾਹੇ ਜਲਦੀ ਮਿਲੇ ਔਰ ਇਹ ਤੁਹਾਡੀ ਉਹਦੇ ਵਿੱਚ ਲਿਖਿਆ ਸੀ ਕਿ ਤੁਸੀਂ ਇੰਨੇ ਉੱਪਰ ਜਾਣਾ ਹੈ ਤਾਂ ਹੋਰ ਉੱਪਰ ਜਾਣਾ ਹੈ ਜੈਸਾ ਮੇਰੀ ਉਹ ਹੈ ਕਿ ਆਰਿਫ ਲੋਹਾਰ ਸਾਹਿਬ ਨਾਲ ਲਿਖੋ ਜੇ ਕਿ ਜਲਦੀ ਉਹ ਇਸ ਸਾਲ ਹੀ ਨਹੀਂ ਤਾਂ ਅਗਲੇ ਸਾਲ ਮੇਰਾ ਬਹੁਤ ਵੱਡਾ ਸੁਪਨਾ ਕਿ ਇੱਕ ਗਾਣਾ ਹੋ ਜੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਜੀ ਆਵਾਜ਼ਾਂ ਦੁਬਾਰਾ ਇਕੱਠੀ ਕਦੀ ਹੋਣਗੀਆਂ ਨਹੀਂ ਮੈਂ ਭਾਗਿਆਸ਼ਲੀ ਹੋਵਾਂਗੀ ਵੀ ਆਰਿਫ ਲੋਹਾਰ ਜੀ ਨਾਲ ਜੇ ਕਿਤੇ ਮੈਂ ਗਾਵਾਂਗੀ ਤਾਂ ਮੈਂ ਆਪਦੇ ਆਪਣੇ ਬਹੁਤ ਭਾਗਿਆਸ਼ਲੀ ਬਿਲਕੁਲ 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 ਔਰ ਮੈਨੂੰ ਲੱਗਦਾ ਕਿ ਪੂਰਾ ਇੰਡੀਆ ਨੂੰ ਉਹ ਚੀਜ਼ ਦਾ ਬੜਾ ਸਨਮਾਨ ਕਰਨਾ ਚਾਹੀਦਾ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਗਾਣਾ ਆਵੇ ਕਿ ਉਹ ਕਿਉਂਕਿ ਬਹੁਤ ਵੱਡੀ ਚੀਜ਼ ਹੈ ਜਿਸ ਲੈਗੇਸੀ ਤੋਂ ਉਹ ਆਂਦੇ ਨੇ ਔਰ ਜਿੰਨੀ ਸਟਰਗਲ ਤੁਸੀਂ ਕੀਤੀ ਉਹ ਬਹੁਤ ਵੱਡੀ ਚੀਜ਼ ਹੈ ਸਟਰਗਲ ਤੇ ਕੈਸੀ ਚੀਜ਼ ਹੈ ਜੋ ਖਤਮ ਨਹੀਂ ਹੁੰਦੀ ਜੇ ਮੈਂ ਵੀ ਮੈਂ ਬਹੁਤ ਇੰਟਰਵਿਊਆਂ ਚ ਕਹਿ ਚੁੱਕੀ ਹਾਂ ਵੀ ਮੇਰੀ ਜ਼ਿੰਦਗੀ ਦਾ ਸਟਰਗਲ ਹੈ ਸਟਰਗਲ ਹੁਣ ਵੀ ਨਹੀਂ ਖਤਮ ਹੋਇਆ ਸਟਰਗਲ ਤਾਂ ਨਾਲ-ਨਾਲ ਚੱਲਦਾ ਹੈ ਵੀ ਉਦੋਂ ਥੋੜਾ ਜਿਹਾ ਚੱਲਿਆ ਨਹੀਂ ਜਾਂਦਾ ਸੀ ਹੁਣ ਥੋੜਾ ਜਿਹਾ ਚੱਲਾਂਦਾ ਸਹੀ ਗੱਲ ਵਲ ਆ ਗਿਆ ਹਨ ਉਹ ਜਦੋਂ ਕਹਿੰਦੇ ਨੇ ਕਿ ਉਹ ਸੜਕ ਖਰਾਬ ਹੈ ਜੋ ਸੜਕ ਦੇ ਥਰੂ ਨਾ ਜਾਇਓ ਬਿਲਕੁਲ ਤੇ ਐਸੇ ਸੜਕ ਦੇ ਥਰੂ ਆਇਓ ਤਾਂ ਮੈਂ 5 ਕਿਲੋਮੀਟਰ ਦੂਰ ਪਾਉਗੇ ਹੁਣ ਥੋੜਾ ਜਿਹਾ ਇੰਨਾ ਕ ਆ ਗਿਆ ਵੀ ਆਪਾਂ ਉਹ ਖਰਾਬ ਸੜਕ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇੱਥੇ ਜੇ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਇਹ ਜ਼ਰੂਰ ਪਤਾ ਲੱਗਿਆ ਵੀ ਹੁੰਦਾ ਹੋਈ ਹੈ ਜੋ ਬਿਦਮਾਤਾ ਨੇ ਲਿਖਿਆ ਬਿਲਕੁਲ 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 ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਉੱਠ ਜਾ ਵਰਮਾ ਨੂੰ ਲੇਖ ਜਾਣਗੇ ਸਹੀ ਗੱਲ ਨਾਲੇ ਜਿੱਥੇ ਮਰਚੀ ਚੱਲੇ ਜੋ ਜਦੋਂ ਮੈਂ ਨਿੱਕੇ ਨਿੱਕੇ ਰੂੜੀਆਂ ਤੇ ਖੇੜਦੀ ਸੀ ਗੁੱਡੀਆਂ ਪਟੋਲੇ ਬਣਾਉਂਦੀ ਸੀ ਉਦੋਂ ਇੱਕ ਨਿੱਕੇ ਨਿੱਕੇ ਕਾਂਚੇ ਦੀਆਂ ਵੰਗਾਂ ਦੇ ਟੁਕੜੇ ਮਿਲਦੇ ਅਸੇ ਉਹਨਾਂ ਨੂੰ ਧੋਣਾ ਰੰਗ ਬਰੰਗੇ ਆ ਹੁੰਦੀਆਂ ਸੀ ਉਹਨਾਂ ਨਾਲ ਖੇਡਣਾ ਤੇ ਉਹ ਤੋਂ ਪਤਾ ਹੀ ਨਹੀਂ ਸੀ ਵੀ ਕੰਮ ਲਈਏ ਰਾਤ ਨੂੰ ਕੋਈ ਰਾਕੇਟ ਜਾਣਾ ਜਾਂ ਪਤਾ ਨਹੀਂ ਕੀ ਹੁੰਦਾ ਸੀ ਉਦੋਂ ਵੇੜਿਆਂ 'ਚ ਮੰਜੇ ਹੁੰਦੇ ਸੀ ਤੇ ਹਰ ਸੱਤ ਤੱਕ ਅੱਖਾਂ ਤੋਂ ਉਹ ਲੈਣਾ ਹੋ ਜਾਂਦਾ ਤੇ ਉਹਨੂੰ ਬੜੇ ਚਾਹ ਨਾਲ ਦੇਖੀ ਜਾਣਾ ਦੇਖੀ ਜਾਣਾ ਦੇਖੀ ਜਾਣਾ ਦੇਖੀ ਜਾਣਾ ਤੇ ਜੇ ਤੇ ਜਾਦਾ ਗਰਮੀ ਲੱਗੀ ਕਿ ਲੱਗਦੇ ਉਦੋਂ ਪੱਖੇ-ਪੱਖੇ ਵੀ ਨਹੀਂ ਹੁੰਦੇ ਸੀਗੇ ਤੇ ਉਦੋਂ ਕਹਿਣਾ ਵੀ ਪੋਰ ਗਣੋ ਜਿੰਨਾ ਜਿੰਨਾ ਸ਼ਹਿਰਾਂ ਦੇ ਜਿੰਨਾ ਪਿੰਡਾਂ ਦੇ ਮਗਰ ਪੋਰ ਲੱਗਦਾ ਸਹੀ ਗੱਲ ਹੈ ਉਹਦਾ ਮਤਲਬ ਹੁਣ ਸਮਝਦੇ ਆ ਵੀ ਸਾਡਾ ਦਿਮਾਗ ਸਾਡੇ ਪੇਰੈਂਟਸ ਡਿਵਾਈਡ ਕਰ ਦਿੰਦੇ ਸੀ ਬਿਲਕੁਲ ਹੈਨਾ ਵੀ ਗਰਮੀ ਵਾਲੇ ਖਿਆਲ ਹੀ ਨਾ ਜਾਣ ਤੇ ਇਹੇ ਗਿਣਤੀ ਚ ਅਕਾਊਂਟਿੰਗ ਚ ਉਲਝ ਜਾਣ ਤੇ ਉਦੋਂ ਨੂੰ ਇਹਨਾਂ ਨੂੰ ਨੀਂਦ ਆ ਜਾਂਦੀ ਨੀਂਦ ਆ ਜਾਂਦੀ ਬਿਲਕੁਲ ਬਿਲਕੁਲ ਤੇ ਜਦ ਤੁਸੀਂ ਬਾਹਰ ਸੌਂਦੇ ਸੀਗੇ ਜਦ ਵੇੜਿਆਂ 'ਚ ਉਹ ਸਵੇਦੇ ਤੇ ਜਿੱਦਾਂ ਤੁਸੀਂ ਕਿਹਾ ਕਿ ਉਹ ਰਾਕਟ ਸੀਗਾ ਜਾਂ ਟੁੱਟਦਾ ਤਾਰਾ ਸੀਗਾ ਤੇ ਕਦੀ ਕੋਈ ਵਿਸ਼ ਮੰਗਦੇ ਸੀਗੇ ਉਸ ਵੇਲੇ ਕੋਈ ਗੱਲ ਚੱਲਦੀ ਸੀ ਮਨ 'ਚ ਉਸ ਵੇਲੇ ਨਹੀਂ ਪਤਾ ਹੀ ਨਹੀਂ ਸੀ ਕਿ ਟੁੱਟਦਾ ਤਾਰਾ ਦੇਖ ਕੇ ਕੋਈ ਚੀਜ਼ ਮੰਗੋ ਜਤਾ ਪੂਰੀ ਹੋ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਪਤਾ ਸੀ ਨਹੀਂ ਬਿਲਕੁਲ ਨਹੀਂ ਪਤਾ ਸੀ ਅਸੀਂ ਚੀਜ਼ਾਂ ਆਈਆਂ ਹਨਾ ਕਿ ਟੁੱਟਦਾ ਤਾਰਾ ਹੁਣ ਜਿਵੇਂ ਦੁਨੀਆ 'ਚ ਵਿਚਰੇ ਆ ਹਨਾ ਜੀ ਜਿਵੇਂ ਅੱਜ ਤੁਹਾਡੇ ਨਾਲ ਬੈਠੇ ਆ ਸਰ ਨਾਲ ਬੈਠੇ ਸੀਗੇ ਤੇ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਤੇ ਮੈਂ ਸ਼ੁਕਰਗੁਜ਼ਾਰ ਹਾਂ ਬੱਲੇ एली मैगजीन दे जिन्ना ने मेनू ਇਸ ਕਾਲਮ ਸੰਤ। ਨਹੀਂ ਨਹੀਂ ਮੈਡਮ ਤੁਸੀਂ ਇਦਾਂ ਨਾ ਕਰੋ ਇਹ ਤਾਂ ਅਸੀਂ ਪੱਗਸ਼ਾਲੀਆਂ ਕਿ ਤੁਸੀਂ ਅੱਜ ਸਾਡੇ ਆਫਿਸ ਆਏ ਹੋ ਤੇ ਅਸੀਂ ਬੈਠ ਕੇ ਗੱਲਬਾਤ ਕਰ ਰਹੇ ਤਾਂ ਸਾਡੇ ਲਈ ਬਹੁਤ ਵੱਡੀ ਚੀਜ਼ ਹੈ। ਤੇ ਹੁਣ ਆਪਾਂ ਨਾਲ ਗੱਲ ਕਰਦੇ ਹਾਂ ਤੁਹਾਡੇ ਪਹਿਲਾਂ ਦਾ ਜਿਹੜਾ ਹੁਣ ਜਿਹੜਾ ਗਾਣਾ ਆਇਆ ਨਵਾਂ ਜਿਹਨੂੰ ਸਿਮਰਨ ਕੌਰ ਨੇ ਲਿਖਿਆ ਤੇ ਤੁਸੀਂ ਤੇ ਉਹਨੇ ਕਲੈਬੋਰੇਸ਼ਨ ਚ ਗਾਇਆ। ਤੇ ਮੈਨੂੰ ਲੱਗਦਾ ਕਿ ਤੁਹਾਡਾ ਦੂਜਾ ਡੂਇਟ ਗਾਣਾ ਹੈ ਕੁੜੀ ਨਾਲ। ਨੇ ਚਿੱਤਿੱਤ ਚੋਤ ਤੀਜਾ ਸੌਰੀ ਮੇਰੀ ਉਦੋਂ ਮਤਲਬ ਜਦੋਂ ਇਹ ਗਾਇਆ ਸੀਗਾ ਸੰਨ 2004 ਦਾ ਜੋਗੀ ਹੋ ਗਿਆ ਤੇ ਸੁਚ ਬਲਵੀਰ ਰੋਪਿੰਦਰ ਡੱਬੜੀ ਸਾਹਿਬ ਇੱਕ ਤੁਸੀਂ ਅਖਾੜਾ ਵੀ ਲਾਇਆ ਸੀ ਸ਼ਾਇਦ ਬਹੁਤ ਪਹਿਲਾਂ ਅਨੇ ਉਹਦੇ ਵਿੱਚ ਹੀ ਸੀਗੇ ਹਾਂ ਅੱਛਾ ਅੱਛਾ ਠੀਕ ਠੀਕ ਇਹ ਦੋ ਡਿਊਟ ਹਾਂ ਦੋ ਡਿਊਟ ਉਹਦੋਂ ਇੱਕ ਨਵੇਂ ਮਤਲਬ ਇਹ ਖੋਜ ਸੀਗੀ ਹੂੰ ਹੂੰ ਕੰਪਨੀ ਦੇਪਨ ਡੱਬੜੀ ਸਾਹਿਬ ਦੀ ਵੀ ਕੁੜੀ ਕੁੜੀ ਨਾਲ ਗਾਉਂਦੀ ਐ ਉਹ ਕੁੜੀ ਇੱਕ ਕੁੜੀ ਫੀਮੇਲ ਨੂੰ ਵੌਇਸ ਦੇਵੇ ਤੇ ਇੱਕ ਕੁੜੀ ਮਤਲਬ ਬਿਲਕੁਲ ਬਿਲਕੁਲ ਕਿ ਦੋਨੋਂ ਹੀ ਕੁੜੀਆਂ ਹੋਣ ਕੋਈ ਮੁੰਨਾ ਨਾ ਦੋਨੋਂ ਕੁੜੀਆਂ ਹੋਣ ਤੇ ਮੈਂ ਹਮੇਸ਼ਾ ਜਿਵੇਂ ਮੈਂ ਮਰਦਾਨਾ ਗਾਇਕੀ ਅਵਾਈਸ ਅਪਣਾਈ ਸੀ ਤੇ ਉਸ ਹਿਸਾਬ ਨਾਲ ਮੈਨੂੰ ਅ ਰਾਂਝੇ ਦੀ ਠੀਕ ਹੈ ਲਾਈਨਾਂ ਮਿਲੀਆਂ ਲਾਈਨਾਂ ਮਿਲੀਆਂ ਸੁੱਚਾ ਬਲਬੀਰੇ ਚ ਸੋਚੇ ਦੀਆਂ ਠੀਕ ਹੈ ਲਾਈਨਾਂ ਮਿਲੀਆਂ ਠੀਕ ਹੈ ਤੇ ਅੱਛੀ ਚੀਜ਼ ਹੈ ਤੇ ਇਹ ਗਾਣਾ ਕਿਦਾਂ ਸਬਬ ਬਣਿਆ ਸਿਮਰਨ ਕੌਰ ਨਾਲ ਸਬਬ ਨਹੀਂ ਅਸੀਂ ਕਾਫੀ ਚਿਰਾਂ ਤੋਂ ਜਿਵੇਂ ਹੁਣ ਸੰਦੀਪ ਜੀ ਤੁਸੀਂ ਗੱਲ ਕੀਤੀ ਆ ਸਾਡਾ ਲੱਭੇ ਮੇਰੇ ਹਸਬੰਦ ਸਾਡੀ ਮਤਲਬ ਇੱਕ ਨਾ ਚਰਚਾ ਨਹੀਂ ਚੱਲਦੀ ਹੁੰਦੀ ਮਤਲਬ 6-7 ਮਹੀਨੇ ਤੋਂ ਤੇ ਕੁਝ ਕਰੀਏ ਕੁਝ ਕਰੀਏ ਕੁਝ ਕਰੀਏ ਕੁਝ ਮੇਰੀ ਜ਼ਿੰਦਗੀ ਨੇ ਪ੍ਰੋਬਲਮਾਂ ਸਿਗੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੰਘਰਸ਼ ਕਦੇ ਨਹੀਂ ਖਤਮ ਹੁੰਦਾ ਮੈਂ ਬੜੀ ਪਤਲੀ ਪਤਲੀ ਜੀ ਹੁੰਦੀ ਸੀ ਦੰਦ ਵੀ ਥੋੜੇ ਜਿ ਮੇਰੇ ਉੱਚੇ ਹੁੰਦੇ ਸੀਗੇ ਹਨਾ ਇਦਾਂ ਦੀਆਂ ਇਹ ਤਾਂ ਮੇਰੇ ਵੀ ਹੈਗੇ ਆ ਪਰ ਹਾਂ ਇਹ ਕੋਈ ਰੁਕਾਵਟ ਨਹੀਂ ਹੈ ਕਿਸੇ ਚੀਜ਼ ਨੂੰ ਨਾ ਅਸੀਂ ਹੁਣ ਮੰਨਦੇ ਆ ਵੀ ਰੁਕਾਵਟ ਨਹੀਂ ਪਰ ਜਿਨ੍ਹਾਂ ਨੇ ਰੁਕਾਵਟਾਂ ਪਾਉਣੀਆਂ ਨੇ ਨਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਹਾਈਲਾਈਟ ਕਰਨਾ ਹੈ ਹਾਈਲਾਈਟ ਕਰਨਾ ਤੇ ਮੈਂ ਸਿਮਰਨ ਨਾਲ ਮਤਲਬ ਕੁਝ ਕੁ ਗੱਲਾਂ ਸਾਂਝੀਆਂ ਕੀਤੀਆਂ ਕਿਉਂਕਿ ਮੈਨੂੰ ਉਹਦੀ ਕਾਲਮ ਪਸੰਦ ਆ ਬਿਲਕੁਲ ਬਿਲਕੁਲ ਬਹੁਤ ਖਰੀ ਖਰੀ ਕਹਿ ਦੇਣੀ ਹੈ ਹਾਂ ਕਲ ਮਰਾਈ ਤੇ ਉਹ ਜੇ ਆਪਾਂ ਅਮਣੇ ਸਾਹਮਣੇ ਵੀ ਬੈਠੇ ਆ ਤਾਂ ਵੀ ਉਹਨੇ ਗੱਲ ਜਿਹੜੀ ਨਹੀਂ ਚੰਗੀ ਲੱਗਦੀ ਉਹਨੇ ਕਹਿ ਦੇਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਬੰਦਾ 10 ਮਿੰਟ ਸੋਚਦਾ ਸਾਰੀ ਉਮਰ ਨਹੀਂ ਸੋਚਦਾ ਤੇ ਜਦੋਂ ਮਤਲਬ ਸੰਦੀਪ ਲਾਲੋ ਲੱਭੀ ਲਾਲੋ ਮੇਰੇ ਹਸਬੰਡ ਸਿਮਰਨ ਸਾਰਿਆਂ ਦੀ ਸੋਚ ਮਿਲੇ ਤੇ ਇੱਕ ਐਸਾ ਗਾਣਾ ਉੱਭਰ ਕੇ ਆਇਆ ਜਿਹੜਾ 80% ਕੀ 90% ਮੇਰੀ ਜ਼ਿੰਦਗੀ ਨਾਲ ਟੁਕਦਾ ਤੇ ਹੁਣ ਪੁਰਾਣੇ ਕਲਾਕਾਰਾਂ ਨੂੰ ਆਏ ਸੋਚਦੇ ਅਸੀਂ ਮੈਂ 2 ਸਾਲਾਂ ਦੀ ਮੀਡੀਆ ਚ ਆਈ ਆ ਮੈਂ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁਕ ਇਹ ਚੀਜ਼ਾਂ ਚੈਨਲ ਹੁਣ ਬਣਾਏ ਨੇ ਮੈਨੇਜਮੈਂਟ ਹੁਣ ਸੰਭਦੀ ਹੈ ਤੇ ਉਦੋਂ 3 ਸਾਲ ਪਹਿਲਾਂ ਮਤਲਬ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਅਸੀਂ ਇਸ ਵਿੱਚ ਖੁਸ਼ੀ ਹੁੰਦੇ ਸੀ ਵੀ ਮਹੀਨੇ ਦੇ ਵੀ ਇੱਕੀ ਪ੍ਰੋਗਰਾਮ ਲਾ ਲੇ ਇਕੱਠ ਹੁੰਦਾ ਜੀ ਪਿਆਰ ਮਿਲਦਾ ਬਸ ਬਾਗੋ-ਬਾਗ ਫਿਰ ਹੌਲੀ-ਹੌਲੀ ਆ ਕੇ ਜਦੋਂ ਸ਼ੁਭਦੀਪ ਨੇ ਨਾ ਲਿਆ ਹਾਂ ਬੰਬੇ ਹਾ ਬੋਲੀ ਤੇ ਉਹਨੇ ਮਤਲਬ ਕੋਲੇ ਬੈਠ ਕੇ ਇਹ ਕੰਮ ਕਰਵਾਇਆ ਕਹਿੰਦਾ ਵੀ ਭੂਆ ਜੀ ਤੁਹਾਡੇ ਕੋਲੇ ਬਹੁਤ ਕੁਛ ਆ ਹਨਾ ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡੇ ਕੋਲੇ ਕੀ ਹੈ ਤੇ ਫਿਰ ਵੀ ਉਸਨੇ ਕਿਹਾ ਵੀ ਨਹੀਂ ਨਹੀਂ ਵੀ ਨਹੀਂ ਤੇ ਪਰ ਉਹਨੇ ਕੋਲੇ ਬਹਿ ਕੇ ਸਾਰਾ ਕੰਮ ਕਰਵਾਇਆ ਇਹ ਸਾਰਾ ਕੰਮ ਚਾਲੂ ਕਰਵਾਇਆ ਤੇ ਹੁਣ ਮੈਂ ਸਮਝ ਗਿਆ ਵੀ ਜਿਹੜਾ ਗਾਣਾ ਪਹਿਲਾਂ ਜੇ 5 ਲੱਖ ਕੋਲੇ ਜਾਂ 10 ਲੱਖ ਕੋਲੇ ਪਹੁੰਚਦਾ ਸੀ ਹੁਣ ਉਸ ਚੀਜ਼ ਦੇ ਥਰੂ ਮੀਡੀਆ ਦੇ ਥਰੂ ਕਰੋੜਾ ਲੋਕਾਂ ਕੋਲੇ ਪਹੁੰਚਦਾ ਹੈ ਹਣ ਜਿੰਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਸ਼ੋ ਲਾ ਕੇ ਆਈਆਂ ਪਹਿਲਾ ਜਦੋਂ ਤੁਹਾਨੂੰ ਜਾਂਦੇ ਸੀ ਅਸੀਂ ਜੇ ਮਤਲਬ ਇਹ ਬਸ ਸਪੋਰਟਸ ਸ਼ੋ ਲਾਇਆ ਉੱਥੇ ਖਤਮ ਹੋ ਜਾਂਦਾ ਉਸੇ ਖਤਮ ਹੋ ਜਾਂਦਾ ਸੀ ਬਿਲਕੁਲ ਸਾਰੀ ਸ਼ੋ ਲਾਇਆ ਉੱਥੇ ਖਤਮ ਹੋ ਜਾਂਦਾ ਸੀ ਹੁਣ ਮੀਡੀਏ ਥਰੋ ਅਸੀਂ ਜਿੱਥੇ ਮਰਜ਼ੇ ਗਾ ਰਹੇ ਹਾਂ ਪੂਰੀ ਦੁਨੀਆ ਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਬਿਲਕੁਲ ਉਹ ਸਾਡੀ ਸਟੇਜ ਪਹੁੰਚ ਜਾਂਦੀ ਬਿਲਕੁਲ ਬਿਲਕੁਲ ਔਰ ਮੈਂ ਦੇਖ ਰਹੀ ਸੀ ਹਾਊਸਫੁੱਲ ਸੀਗੇ ਸਾਰੇ ਦੇ ਸਾਰੇ ਸ਼ੋ ਜਿਹੜੇ ਵੀ ਤੁਸੀਂ ਆਸਟ੍ਰੇਲੀਆ ਸੀਗੇ ਤੁਸੀਂ ਤਿੰਨ ਹਫਤੇ ਪਹਿਲਾਂ ਆਸਟ੍ਰੇਲੀਆ ਸੀਗੇ ਆਈ ਸੀ 8 ਤਰੀਕ ਨੂੰ ਵਾਪ ਐ ਬਰਾੜ ਸਾਹਿਬ ਦੀ ਬੇਟੀ ਸਤਜ ਬਰਾੜ ਰਾਜ ਬਰਾੜ ਸਾਹਿਬ ਦੀ ਬੇਟੀ ਤੇ ਸਾਡੇ ਕੁਲਵਿੰਦਰ ਢਿੱਲੋਂ ਜੀ ਕਚਹਿਰੀਆਂ ਚ ਮਿਲਣ ਲੱਗਦੇ ਉਹਨਾਂ ਦਾ ਬੇਟਾ ਰਮਨ ਢਿੱਲੋਂ ਬੰਟੀ ਬੈਂਸ ਕੋਹਲੇ ਨੇ ਤੇ ਸਾਡਾ ਛੋਟਾ ਜਿਹਾ ਗੁਲਦਸਤਾ ਗਿਆ ਸੀ ਬਹੁਤ ਪਿਆਰ ਮਿਲਿਆ ਬਹੁਤ ਮਿਲਿਆ اور ਬੰਟੀ ਬੈਂਸ ਵੀ ਤੁਸੀਂ ਨਾਮ ਲੈਂਦਾ ਉਹ ਵੀ ਬੜੇ ਮੈਨੂੰ ਲੱਗਦਾ ਕਿ ਨਵੇਂ ਆਰਟਿਸਟ ਨੂੰ ਔਰ ਪੁਰਾਣੇ ਆਰਟਿਸਟ ਨੂੰ ਬੜਾ ਸਪੋਰਟ ਕਰ ਦਿੰਦੇ ਨੇ ਉਹ ਬਹੁਤ ਬਹੁਤ ਹੈਨਾ ਉਹਨਾਂ ਦੇ ਵਿੱਚ ਵੀ ਬੜਾ ਉਹ ਇਹ ਬੜੇ ਪਿਆਰੇ ਕਲਾਕਾਰਾਂ ਦਾ ਗੁਲਦਸਤਾ ਉਹਨਾਂ ਕੋਲ ਹੈ ਟਾਈਮ ਟਾਈਮ ਤੇ ਉਹਨਾਂ ਨੂੰ ਪੇਸ਼ ਕਰਦੇ ਰਹਿੰਦੇ ਬਿਲਕੁਲ ਬਿਲਕੁਲ ਬਿਲਕੁ ਤੇ ਹੋਰ ਕੀ ਇਸ Song ਬਾਰੇ ਤੁਸੀਂ ਦੱਸੋਗੇ ਕਿ ਕਿ ਹੋਰ ਕੀ ਇਹਦੇ ਵਿੱਚ ਖਾਸੀਅਤ ਹੈ ਮਤਲਬ ਇਹ ਖਾਸੀਅਤ ਹੈ ਵੀ ਜਿਹੜੀ ਸਿਮਰਨ ਜੀ ਨੇ ਲਿਖਿਆ ਕੁਝ ਮੇਰੀ ਸੋਚ ਸੀਗੀ ਉਹਨਾਂ ਨੇ ਆਪਦੀ ਕਲਮ ਰਾਈ ਅਤਾਰੀ ਪੁਰਾਣੇ ਕਲਾ ਕਲਾਕਾਰਾਂ ਨੂੰ ਇਹ ਕਹ ਦਤੋ ਕਿ ਇਹਨਾਂ ਦੇ ਕਿਹੜਾ ਫੋਲੋਅਰਸ ਨੇ ਕਿਹੜਾ ਇਹਨਾਂ ਦਾ ਤੁਸੀਂ ਇਹਨੂੰ ਕੀ ਕਹਿੰਦੇ ਹੋ ਵੀ ਜੇ ਗਾਣਾ ਰਿਲੀਜ਼ ਕਰਾਂਗੇ ਜਾਂ ਉਹ ਕਰਾਂਗੇ ਸ਼ਾਇਦ ਆਏ ਨਾ ਹੋ ਜਾਈਂ ਚੱਲੇ ਨਾ ਚੱਲੇ ਨਾ ਚੱਲੇ ਇਹਨਾਂ ਦੇ ਕਿਹੜੇ ਫੋਲੋਅਰਸ ਨੇ ਹੈ ਨਾ ਮੀਡੀਆ 'ਚ ਇਹਨਾਂ ਦਾ ਕਿਹੜਾ ਹਮ ਨਹੀਂ ਪੁਰਾਣੇ ਕਲਾਕਾਰਾਂ ਨੂੰ ਪਤਾ ਸਾਰਾ ਕੁਛ ਹੁੰਦਾ ਉਹ ਮੌਹ ਨਹੀਂ ਬੋਲਦੇ ਹੁੰਦੇ ਹਨ ਪਰ ਅੰਦਰ ਉਹ ਹਰਦ ਹੁੰਦੇ ਆ ਤੇ ਕਿਉਂਕਿ ਅਸੀਂ ਪੂਰੀ ਜ਼ਿੰਦਗੀ ਸਟੇਜ ਨੂੰ ਦਿੱਤੀ ਹੁੰਦੀ ਆ ਪੂਰੀ ਜ਼ਿੰਦਗੀ ਅਸੀਂ ਸੁਣਾਉਣ ਸੁਣਨ ਵਾਲਿਆਂ ਨੂੰ ਦਿੱਤੀ ਹੁੰਦੀ ਆ ਅਸੀਂ ਵੀ ਮਿਹਨਤ ਕੀਤੀ ਹੁੰਦੀ ਆ ਤੇ ਉੱਥੇ ਬਹੁਤ ਸੋਹਣਾ ਅੰਤਰਾ ਹੈ ਕਿ ਕਦੇ ਸਹਰੂ ਤੇ ਚੜ੍ਹ ਕੇ ਬਿਠਾਇਆ ਹੁਣ ਨੀਵਾ ਕਾ ਤੋ ਦਿੰਦੇ ਦਰਜਾ ਬਿਲਕੁਲ ਹਨਾ ਜੀ ਨਾਲੇ ਵੀ ਜਾਣਦੇ ਨਹੀਂ ਪੁਰਾਣਾ ਜਾਣ ਕੇ ਨਾਲੇ ਗਾਉਂਦੇ ਪ੍ਰਾਣੀਆਂ ਤਰਜਾ ਬਿਲਕੁਲ ਹਨਾ ਮਿਊਜ਼ਿਕ ਨਾਮ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ 10 ਗਾਣਿਆਂ 'ਚੋਂ 8 ਪ੍ਰਾਣੀਆਂ ਤਰ੍ਹਾਂ ਮਿਲ ਜਾਣਗੀਆਂ ਮਿਲਣਗੀਆਂ ਬਿਲਕੁਲ ਹੈਨਾ ਫਿਰ ਫਿਰ ਆਪਾਂ ਉਹਨੂੰ ਸਹੀ ਗੱਲ ਹੈ ਕਿਵੇਂ ਕੈਸੇ ਨਾਲੇ ਨਾਲੇ ਨਾ ਜਿਹੜੇ ਲੋਕੀ ਇਹ ਕਹਿੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਆਪਣੀ ਗੱਲਾਂ ਤੇ ਕਿ ਜੇ ਫਾਲੋਅਰਸ ਨਾਲ ਚੀਜ਼ਾਂ ਹੁੰਦੀਆਂ ਤਾਂ ਫਿਰ ਥੀਏਟਰ ਪਰੇ ਰਹਿਣੇ ਸੀ ਹਾਂ ਮੈਂ ਇਹ ਆ ਵੀ ਮੈਨੂੰ ਨਹੀਂ ਪਤਾ ਮੇਰੇ ਫਾਲੋਅਰਸ ਘਟਿਆ ਕਿ ਵਧਦਾ ਕੀ ਆ ਪਰ ਮੈਂ ਮਹੀਨੇ 'ਚ ਵਾਹਿਗੁਰੂ ਦੀ ਹੇਤ ਦਾਤਾ ਤੇ ਦਿੱਤੀ ਕਿਰਪਾ ਮੈਂ ਮਹੀਨੇ 'ਚ 21 ਦਿਨ ਲਾਈਵ ਸ਼ੋ ਮੈਨੂੰ ਬਾਈਗਰੂ ਦੀ ਕਿਰਪਾ ਨਾਲ ਬਹੁਤ ਪੈਂਦੇ ਸਟੇਜ ਤੋਂ ਸਟੇਜ ਤੇ ਬਹੁਤ ਪੈਂਦੇ ਜੀ ਬਹੁਤ ਕਿਰਪਾ ਦਾ ਦੇ ਦੀ ਜਿਹੜੇ ਮੈਮ ਲੋਕੇ ਇਹ ਕਹਿੰਦੇ ਨੇ ਨਾ ਫੋਲੋਅਰਸ ਫੋਲੋਅਰ ਫੋਲ ਮੈਨੂੰ ਲੱਗਦਾ ਕਿ ਫੋਲੋਅਰਸ ਕੁਝ ਨਹੀਂ ਹੈ 10000 ਰੁਪਏ ਦੇ ਕੇ ਤੁਸੀਂ 15000 ਫੋਲੋਅਰ ਲੈ ਲਓ ਉਹਦਾ ਕੀ ਅਜਾ ਹੋ ਜਾਂਦਾ ਐਨਾ ਬਹੁਤ ਲੋਕੀ ਇਹੀ ਕਰ ਦਿੰਦੇ ਨੇ ਅੱਜ ਕੱਲ ਅੱਛਾ ਹਾਂ ਮਤਲਬ ਕਿ 10000 ਰੁਪਏ ਦੋ 15000 ਫੋਲੋਅਰ ਲੈ ਲਓ 20000 ਦੋ 25000 ਲੈ ਲਓ ਉਹਦਾ ਕੀ ਫਾਇਦਾ ਅੱਛਾ ਉਹਦਾ ਕੀ ਫਾਇਦਾ ਕਿ ਤੁਸੀਂ ਸਿਰਫ ਦਿਖਾਣ ਲਈ ਆਪਣੇ ਆਪ ਨੂੰ ਸੈਟੀਸਫਾਈ ਕਰ ਰਹੇ ਹੋ ਕਿ ਮੇਰੇ ਕੋਲ 1 ਲੱਖ ਫੋਲੋਅਰ ਹੈ 2 ਲੱਖ ਫੋਲੋਅਰ ਹੈ ਉਹਦਾ ਥੱਲੇ ਫਾਇਦਾ ਕੀ ਹੈ ਉਹਦਾ ਤੁਹਾਡੇ ਗਾਣਾ ਕਿਸੇ ਨੇ ਸੁਣਿਆ ਹੀ ਨਹੀਂ ਤੁਹਾਨੂੰ ਕੋਈ ਜਾਣਦਾ ਨਹੀਂ ਤੇ ਉਹਦਾ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਮਤਲਬ ਕਿ ਲੈਗੇਸੀ ਬਣਾਓ ਆਪਣੀ ਜਿੱਦਾਂ ਹੁਣ ਤੁਸੀਂ ਇੰਨੇ ਸਾਲ ਲਾਏ ਆ ਜਿੰਦਗੀ ਦੇ ਉਹ ਦੇਣੇ ਜੋ ਜ਼ਰੂਰੀ ਹੈ ਦੇਣੇ ਜੀ ਮੈਨੂੰ ਤਾਂ ਇਹ ਬਹੁਤ ਵੱਡੀ ਚੀਜ਼ ਪਤਾ ਲੱਗੀ ਅੱਛਾ ਉਹ ਕਹਿੰਦੇ ਨਾ ਵੀ ਹਰ ਰੋਜ਼ ਘਰ ਕੜੀ ਕਿ ਤੈਨੂੰ ਕੁਝ ਨਾਮਾ ਮਿਲਦਾ ਬਿਲਕੁਲ ਜਿਵੇਂ ਮੈਂ ਹੁਣ ਮੈਂ ਉਹ ਜਦੋਂ ਤੁਸੀਂ ਕੀਤੀ ਹੈ ਗੱਲ ਫੋਲੋਸ ਦੀ ਮੈਂ ਕਹਿੰਨੇ ਵੀ ਜਿਵੇਂ ਆ ਸੋਫੇ ਦੀ ਤਰ੍ਹਾਂ ਹੈ ਨਾ ਵੀ ਲਿਆ ਕੇ ਰੱਖ ਲਓ ਬਸ ਇਹਨੂੰ ਦੇਖ ਲਓ ਬਿਲਕੁਲ ਬਿਲਕੁਲ ਉਹ ਉਦਾਂ ਹੀ ਨੇ ਕਿ ਇੰਸਟਾਗ੍ਰam ਤੇ ਅੱਛਾ 1 ਲੱਖ ਹੋ ਗਏ ਮੇਰੇ ਓਹੋ ਵਾਹ ਜੀ ਵਾਹ ਹਾਂਜੀ ਤੇ ਸਾਨੂੰ ਮੈਂ ਕਹਿੰਨੇ ਆ ਵੀ ਹਰ ਕਲਾਕਾਰ ਨੂੰ ਉਹਨਾਂ ਦੇ ਫੋਲੋਅਰਸ ਦਾ ਫਾਇਦਾ ਹੋਵੇ ਬਿਲਕੁਲ 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 ਔਰ ਔਰ ਜਿੱਦਾਂ ਤੁਹਾਡੀ ਲੈਗਸੀ ਬਣ ਰਹੀ ਹੈ ਨਾ ਮੈਮ ਹੁਣ ਔਰ ਇੰਨੇ ਸਾਲ ਤੋਂ ਤੁਸੀਂ ਬਣਾ ਰਹੇ ਹੋ ਉਹੀ ਅਸਲੀ ਇੱਕ ਪਹਿਚਾਨ ਹੈ ਇੱਕ ਆਰਟਿਸਟ ਦੀ ਕਿ ਉਹਨੇ ਸਾਲ ਦੇ ਦਿੱਤੇ ਹਨਾ ਇੱਕ ਹੀ ਚੀਜ਼ ਨੂੰ ਮੈਨੂੰ ਕੋਈ ਪੁੱਛਲੇ ਤੁਹਾਡੇ ਇੰਸਟਾਗ੍ਰam ਤੇ ਕਿੰਨੇ ਫੋਲੋਅਰਸ ਹਨ ਮੈਂ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਠੀਕ ਹੈ ਮੈਨੂੰ ਹਨਾ ਉੱਥੇ ਕਿੰਨੇ ਫੋਲੋਅਰਸ ਨੇ ਤੁਹਾਡੇ ਪੇਜ ਤੇ ਆਜਾ ਮੈਨੂੰ ਕਹਿੰਦਾ ਨਹੀਂ ਮੈਂ ਤਾਂ ਕੁਝ ਨਹੀਂ ਪਤਾ ਸੱਚੀ ਨਹੀਂ ਮੈਨੂੰ ਪਤਾ ਮੈਮ ਮੈਨੂੰ ਲੱਗਦਾ ਕਿ ਠੀਕ ਹੈ ਉਹ ਇੱਕ ਪਲੇਟਫਾਰਮ ਹੈ ਸ਼ੇਅਰ ਕਰਨ ਵਾਸਤੇ ਦੁਨੀਆ ਨੂੰ ਦੱਸਣ ਵਾਸਤੇ ਲੇਕਿਨ ਪਰ ਮੇਰੇ ਲਈ ਉਹ ਪਲੱਸ ਪੁਆਇੰਟ ਬਣਿਆ ਹਾਂ ਕਿੱਥੇ ਮਤਲਬ ਕਿਥੇ ਲੋਕਾਂ ਨੂੰ ਨਵੀਂ ਜੁਥ ਨੂੰ ਜੇ ਆਪਾਂ ਗਲਤ ਕਹੀਏ ਨਹੀਂ ਉਹ ਕਿਉਂਕਿ ਉਹਨਾਂ ਦੀ ਲਾਈਫ ਹੈ ਇੱਥੇ ਆਪਣੇ ਹੱਥ 'ਚ ਹੈ ਬਿਲਕੁਲ ਹੈ ਨਾ ਮੋਬਾਈਲ 'ਚ ਆਪਣੇ ਵਾਰੀ ਤਾਂ ਖਾੜੇ ਲੱਗਦੇ ਸੀ ਕਿ ਸਾਡੇ ਵਾਰੀ ਸੌਰੀ ਤੁਹਾਨੂੰ ਨੇ ਸਾਡੇ ਵਾਰੀ ਖਾੜੇ ਲੱਗਦੇ ਸੀ ਉਦੋਂ ਇੱਕ ਖਾੜਿਆਂ ਤੇ ਜਾਣ ਦਾ ਤਰੀਕਾ ਸੀ ਹੁਣ ਮਿਊਜ਼ਿਕ ਦਾ ਹਰ ਇੱਕ ਚੀਜ਼ ਦਾ ਆਪਣੇ ਹੱਥ 'ਚ ਆ ਬਿਲਕੁਲ ਤੇ ਹੱਥ 'ਚ ਆਉਣਾ ਵੀ ਜ਼ਰੂਰੀ ਹੈ ਨਹੀਂ ਨਹੀਂ ਮੈਂ ਸਮੇਂ ਦੇ ਨਾਲ ਬਦਲਣਾ ਵੀ ਜ਼ਰੂਰੀ ਹੈ। ਤੁਸੀਂ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਗੱਲ ਕੀਤੀ ਕਿ ਮੈਂ ਮੈਨੇਜਮੈਂਟ ਹੈਗੀ ਹੈ ਹੁਣ ਉਹ ਪੂਰਾ ਸਾਲ ਆਪਣਾ ਇਹ ਹੈਂਡਲ ਕਰ ਰਹੇ ਨੇ ਮੇਰੀ ਪੂਆ ਸੋਸ਼ਲ ਮੀਡੀਆ ਹਨਾ ਇਹ ਚੀਜ਼ ਦਿਖਾਉਂਦਾ ਹੈ ਕਿ ਤੁਸੀਂ ਕਿੰਨੇ ਟੈਕਨੋਲੋਜੀ ਫ੍ਰੈਂਡਲੀ ਹੋ ਕਿ ਤੁਸੀਂ ਵੀ ਐਕਸੈਪਟ ਕੀਤਾ ਕਿ ਠੀਕ ਹੈ ਹੁਣ ਸਮਾਂ ਬਦਲ ਰਿਹਾ ਹੈ। ਸਮੇਂ ਦੇ ਸਾਹਮਣੇ ਸਾਨੂੰ ਬਦਲਣਾ ਚਾਹੀਦਾ ਹੈ। ਉਹੀ ਪੁਰਾਣੀ ਚੀਜ਼ਾਂ ਨਹੀਂ ਹੁਣ ਟਾਈਮ ਬਦਲਦੀ ਮੈਂ ਉਹੀ ਚੀਜ਼ਾਂ ਜਿਹੜੀਆਂ ਜਿਹੜੀਆਂ ਬਦਲਣੀਆਂ ਚਾਹੀਦੀਆਂ ਬਿਲਕੁਲ ਮੈਂ ਬਦਲ ਲਈ ਉਹ ਹੀ ਚੀਜ਼ਾਂ ਜਿਹੜੀਆਂ ਬਦਲੀਆਂ ਬਿਲਕੁਲ ਬਿਲਕੁਲ ਚਾਹੀਦੀਆਂ ਨੇ ਜਿਹਨੂੰ ਬਦਲ ਕੇ ਮੈਨੂੰ ਪਛਤਾਵਾ ਨਾ ਹੋ ਬਿਲਕੁਲ ਬਿਲਕੁਲ ਵੀ ਨਹੀਂ ਮੈਨੂੰ ਆ ਚੀਜ਼ ਨਹੀਂ ਬਦਲਨੀ ਚਾਹੀਦੀ ਸੀ ਬਿਲਕੁਲ ਬਿਲਕੁਲ ਕੋਸ਼ਿਸ਼ ਕਰਦੀ ਹਾਂ ਜੇ ਕਿਤੇ ਗਲਤੀ ਹੋ ਵੀ ਜਾਵੇ ਤਾਂ ਮੈਂ ਮਾਫੀ ਵੀ ਨਾਲ ਦੀ ਨਾਲ ਹੀ ਮੰਗ ਲੈਂ ਨਹੀ ਇਹ ਤਾਂ ਮੈਂ ਦੇਖਿਆ ਤੁਸੀਂ ਕਈ ਇੰਟਰਵਿਊ ਅਚ ਕਿਹਾ ਔਰ ਨਾ ਮੈਨੂੰ ਤੁਹਾਡੀ ਇਹ ਗੱਲ ਬਹੁਤ ਸੋਹਣੀ ਲੱਗਦੀ ਹੈ ਕਿ ਤੁਸੀਂ ਖੁੱਲਕੇ ਬੋਲਦੇ ਹੋ ਔਰ ਬੜਾ ਸਾਫ਼ ਬੋਲਦੇ ਹੋ ਔਰ ਇਹ ਚੀਜ਼ ਹਰ ਇਨਸਾਨ ਚ ਹੋਣੀ ਚਾਹੀਦੀ ਹੈ ਹਰ ਹਮ ਹੁੰਦੀ ਨਹੀਂ ਬੰਤੇ ਕਿਉਂਕਿ ਮਾਫੀ ਮੰਗਣ ਨਾਲ ਨਾਲ ਤਾਂ ਆਪ ਹਲਕੇ ਹੋ ਤੇ ਜੇ ਤੂੰ ਆਪ ਮਾਫੀ ਮੰਗੀ ਹੁੰਦੀ ਐ ਉਹ ਉਹਦੇ ਆ ਨਜ਼ਰਾਚ ਆਪ ਵੱਡੇ ਹੋ ਜਾਂਦੇ ਬੀ ਦੇਖ ਕਿੰਨਾ ਸੋਹਣਾ ਹੋਇਆ ਨਾਲੇ ਤਾਂ ਰਿਸ਼ਤੇ ਆਜ ਫਰਕ ਨਹੀਂ ਪੈਂਦਾ ਬਿਲਕੁਲ ਬਿਲਕੁਲ ਹਾਂ ਸਾਹਮਣੇ ਗੱਲ ਹੋ ਗਈ ਛੋਟਾ ਜਿਹਾ ਸ਼ਬਦ ਆ ਮਾਫੀ ਵੱਡਿਆਂ ਵੱਡਿਆਂ ਜੰਗਾਂ ਨੂੰ ਖਤਮ ਕਰ ਦਿੰਦਾ ਵੱਡਿਆਂ ਵੱਡਿਆਂ ਇੱਕ ਮਾਫੀ ਨਾ ਮੰਗੀ ਜਾਵੇ ਵੱਡਿਆਂ ਵੱਡਿਆਂ ਲੜਾਈਆਂ ਨੂੰ ਪੈਦਾ ਕਰ ਦਿੰਦਾ ਬਿਲਕੁਲ ਈਗੋ ਈਗੋ ਹਨ ਇੱਕ ਛੋਟੀ ਜੀ ਮਾਫੀ ਮੰਗਣ ਨਾਲ ਅਗਰ ਤੁਹਾਡਾ ਦਿਮਾਗ ਮੂਰਲੇ ਦਾ ਦਿਮਾਗ ਸਾਈਡਾਂ ਦਾ ਦਿਮਾਗ ਸ਼ਾਂਤ ਹੁੰਦਾ ਤੇ ਮੈਂ ਕਹਿੰਦੇ ਉਹ ਮਾਫੀ ਹਜ਼ਾਰ ਬਾਰ ਮੰਗਣੀ ਚਾਹੀਦੀ ਪਰ ਮਾਫੀ ਮੰਗਣ ਵਾਲੀ ਚੀਜ਼ ਹੋਵੇ ਐਨੀਵੇਸ ਆਪਣੇ ਤੋਂ ਕੋਈ ਗਲਤ ਮਾਫੀ ਮੰਗਾ ਲੂ ਫਿਰ ਨਹੀਂ ਮੰਦੀ ਬਿਲਕੁਲ ਬਿਲਕੁਲ ਫਿਰ ਬਿਲਕੁਲ ਨਹੀਂ ਮੰਦੀ ਹਾਂ ਐਨੀਵੇ ਮੈਂ ਹਰ ਚੀਜ਼ ਤੇ ਮਾਫੀ ਮੰਗ ਜਿੱਥੇ ਮੈਨੂੰ ਲੱਗੇ ਵੀ ਸ਼ਾਇਦ ਹੈ ਇੱਥੇ ਮੈਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਜਾਂ ਇੱਥੇ ਮੈਂ ਗਲਤ ਹੂੰ ਉਥੇ ਬਿਲਕੁਲ हां ठीक है वो एक्सेप्ट कर लेना बिल्कुल, चाहिए ठीक है साडे जिंदगी दी कोई اصول ਵੀ ਹੋਣੇ ਚਾਹੀਦੇ ਬਿਲਕੁਲ 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 اچھا ਇੱਕ ਨਾ ਚੀਜ਼ ਮੈਂ ਮੈਂ ਹੋਰ ਦੇਖੀ ਸੀ ਤੁਸੀਂ ਸੁਸ਼ਮિતા ਸੇਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਹੁਣੇ ਥੋੜੇ ਦਿਨ ਪਹਿਲਾਂ ਹਨ ਜਿਹਦੇ ਵਿੱਚ ਉਹ ਇੱਕ ਗੱਲ ਕਰ ਰਹੀ ਹੈ ਕਿ ਜੇ ਤੁਹਾਨੂੰ ਕੋਈ ਕਿੰਨੀ ਵੀ ਬਦਤਮੀਜ਼ੀ ਨਾਲ ਕੋਈ ਸਵਾਲ ਕਰੇ ਤੁਸੀਂ ਬੜੀ ਰਿਸਪੈਕਟ ਨਾਲ ਜਿਹੜਾ ਰਿਸਪੈਕਟ ਨਾਲ ਜਵਾਬ ਦਿੰਦਾ ਹੈ ਨਾ ਉਹ ਮਤਲਬ ਉਹ ਉਹ ਸਵਾ ਜਵਾਬ ਨੂੰ ਖਤਮ ਕਰ ਦਿੰਦਾ ਜਿਹੜਾ ਇੱਜ਼ਤ ਨਾਲ ਜਵਾਬ ਦਿੱਤਾ ਗਿਆ ਉਹ ਇੱਕ ਵਰਡ ਰਿਕਾਰਡ ਦੇ ਅੰਦਰ ਰਹਿ ਜਾਂਦਾ ਹੂੰ ਜ਼ਰੂਰੀ ਨਹੀਂ ਵੀ ਮੂਰਲੇ ਨੇ ਸਾਨੂੰ ਕੁਝ ਕਿਹਾ ਹੂੰ ਕਿ ਅਸੀਂ ਵੀ ਇੱਕ ਸ਼ੇਅਰ ਆਉਂਦਾ ਹੁੰਦਾ ਵੀ ਸਾਹਮਣੇ ਨੂੰ ਲੱਗਿਆ ਹਿੰਦੀ ਚਾਹੋ ਮੈਂ ਪੰਜਾਬੀ ਚ ਕਰਦੀ ਆ ਵੀ ਸਾਹਮਣੇ ਨੂੰ ਲੱਗਿਆ ਵੀ ਸ਼ਾਇਦ ਮੇਰੀ ਚਲਾਕੀ ਇਹਨੂੰ ਸਮਝ ਨਹੀਂ ਆਈ ਹੈਨਾ ਪਰ ਵੀ ਅਸੀਂ ਉਹਨੂੰ ਨਜ਼ਰਾਂ ਚੋਂ ਗਿਰਦੇ ਬੜੀ ਸ਼ਾਂਤੀ ਨਾਲ ਦੇਖਦੇ ਰਹੇ ਤੇ ਹਰ ਵਾਰੀ ਆਪਾਂ ਨੂੰ ਪਤਾ ਹੁੰਦਾ ਵੀ ਥੋੜਾ ਬਹੁਤ ਤਾਂ ਪਤਾ ਹੀ ਹੁੰਦਾ ਵੀ ਕੌਣ ਸਾਨੂੰ ਡੀਗਰੀਡੇਟ ਕਰ ਰਿਹਾ ਹੈ ਕੌਣ ਸਾਨੂੰ ਬੇਵਕੂਫ ਬਣਾ ਰਿਹਾ ਹੈ ਕੌਣ ਸਾਨੂੰ ਏਮੋਸ਼ਨਲ ਬਲੈਕਮੇਲ ਕਰ ਰਿਹਾ ਹੈ ਹੈਨਾ ਪਰ ਉਹਨੂੰ ਕਦੇ ਵੀ ਆਏ ਨਾ ਕੋਈ ਵੀ ਸਾਨੂੰ ਪਤਾ ਬਿਲਕੁਲ 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 ਕਿਉਂ ਕਿਉਂਕਿ ਵਕਤ ਨਾਲ ਉਹਨੂੰ ਆਪਣੇ ਆਪ ਹੀ ਪਤਾ ਲੱਗਣਾ ਜਿਹੜੀਆਂ ਚੀਜ਼ਾਂ ਵਕਤ ਨੇ ਜਵਾਬ ਦੇਣਾ ਹੈ ਨਾ ਉਹ ਇਨਸਾਨ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਔਰ ਹਰ ਕਿਸੇ ਦਾ ਨਾ ਵਕਤ ਆਂਦਾ ਹੈ ਨਾ ਹਰ ਕਿਸੇ ਦਾ ਵਕਤ ਆਂਦਾ ਹੈ ਹਰ ਕਿਸੇ ਦਾ ਹੁੰਦਾ ਔਰ ਇਹ ਨਾ ਇਹ ਮੈਨੂੰ ਤੁਹਾਡੀ ਚੀਜ਼ ਬੜੀ ਵਧੀਆ ਲੱਗੀ ਜਿਹੜੀ ਤੁਸੀਂ ਬੋਲੀ ਕਿ ਵਕਤ ਹਰ ਕਿਸੇ ਦਾ ਹੁੰਦਾ ਬਿਲਕੁਲ ਬਿਲਕੁਲ ਕਈ ਵਾਰ ਮੈਂ ਇੱਕ ਰੇਖਾ ਜੀ ਦੀ ਇੰਟਰਵਿਊ ਸੁਣੀ ਸੀ ਮੇਰੇ ਪਸੰਦੇ ਦਾ ਐਕਟਰਸ ਨੇ ਉਹ ਮੈਂ ਕਹਿੰਨੀ ਵੀ ਉਹ ਜੀ ਫਿਲਮ 'ਚ ਬੈਠੇ ਵੀ ਹੋਣ ਨਾ ਬੋਲੇ ਵੀ ਨਾ ਹੋਣ ਤੇ ਮੈਂ ਮੂਵੀ ਉਹਨਾਂ ਦੀ ਜ਼ਰੂਰ ਦੇਖੂ ਪਤਾ ਨਹੀਂ ਕਿਉਂ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਵੀ ਇਹ ਮਾਰਗ ਪ੍ਰਧਾਨ ਇੰਡਸਟਰੀ ਆ ਬਾਲੀਵੁੱਡ ਬਾਰੇ ਹੂੰ ਬੋਲਿਆ ਸੀਗਾ ਤੇ ਅੱਜ ਜੇ ਮੈਂ ਇੱਥੇ ਆ ਹੂੰ ਕੁਝ ਕੁ ਮੈਨੂੰ ਅਲੱਗਦਾ ਹੁੰਦਾ ਵੀ ਜਦੋਂ ਉਹ ਕਹਿੰਦੇ ਵੀ ਜਦੋਂ ਉਹਨੂੰ ਸਾਨੂੰ ਕੈਮਰੇ ਦੇ ਸਾਹਮਣੇ ਕਰਨਾ ਆਉਂਦਾ ਜਦੋਂ ਉਹਨੂੰ ਸਾਨੂੰ ਡਾਇਲੌਗ ਦੇ ਅੰਦਰ ਬਹੁਤ ਕੁਝ ਭਰਨਾ ਆਉਂਦਾ ਜਦੋਂ ਸਾਨੂੰ ਸੋਜ਼ ਬਾਰੇ ਪਤਾ ਲੱਗਦਾ ਜਦੋਂ ਤੁਹਾਨੂੰ ਲੈਂਗੁਏਜ ਦੀ ਖੁਸ਼ੀ ਬਾਰੇ ਪਤਾ ਲੱਗਦਾ ਵੀ ਜੇ ਖੁਸ਼ੀ ਵਾਲਾ ਡਾਇਲੌਗ ਹੈ ਤਾਂ ਅਸੀਂ ਐਂ ਬੋਲਣਾ ਹੈ ਹਨਾ ਜੇ ਸੋਜ਼ ਵਾਲਾ ਬੋਲਣਾ ਤਾਂ ਐਂ ਬੋਲਣਾ ਹੈ ਕੱਲੇ ਚਿਹਰੇ ਦੀ ਮੂਵਮੈਂਟ ਖੁਸ਼ੀ ਵਾਲੀ ਕਿਵੇਂ ਦੇਣੀ ਹੈ ਗਮ ਵਾਲੀ ਕਿਵੇਂ ਦੇਣੀ ਹੈ ਹੈਰਾਨੀ ਵਾਲੀ ਕਿਵੇਂ ਦੇਣੀ ਹੈ ਕਿਤੇ ਜਦੋਂ ਨੂੰ ਸਾਨੂੰ ਅਕਲ ਆਉਂਦੀ ਹੈ ਹੂੰ ਕੈਮਰਾ ਫੇਸ ਕਰਨ ਦੀ ਉਦੋਂ ਨੂੰ ਸਾਨੂੰ ਮੈਚ्योर ਕਹਿ ਕੇ ਬਾਏ ਬਾਏ ਕਰ ਦਿੱਤੇ ਜਾਂਦੇ ਪਰ ਜਿਹੜਾ ਹੁਣ ਜੋ ਚੱਲ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਿਲਕੁਲ ਬਿਹਨ ਇਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਕੋਈ ਨਹੀਂ ਹੈ ਜਿਹੜਾ ਭਾਵੇਂ ਉਹ ਬਾਲੀਵੁੱਡ ਦਾ ਹੈ ਭਾਵੇਂ ਉਹ ਪਾਲੀਵੁੱਡ ਦਾ ਹੈ ਹੈਨਾ ਹੁਣ ਮੈਨੂੰ ਲੱਗਦਾ ਹੈ ਵੀ ਜਿਹੜੇ ਦੇਖਣ ਵਾਲੇ ਤੇ ਸੁਣਨ ਵਾਲੇ ਸੂਝਵਾਨ ਹੋ ਚੁੱਕੇ ਹਮ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਥੋੜਾ ਬਹੁਤਾ ਹੁੰਦਾ ਬਿਲਕੁਲ ਹੈਨਾ ਮੇਰੀ ਇੱਛਾ ਕੇ ਜੇ ਮੈਂ ਕਹਾ ਵੀ ਮੈਂ ਹੁਣ 16 ਸਾਲ ਆਲੇ ਕੱਪੜੇ ਪਾ ਲੂੰ ਨਹੀਂ ਮੇਰਾ ਖੁਦ ਦਾ ਮਾਨ ਹੀ ਨਹੀਂ ਕਰਨਾ ਬਿਲਕੁਲ ਬਿਲਕੁਲ ਹੁਣ ਕਿਉਂਕਿ ਉਸ ਤਰ੍ਹਾਂ ਦੀ ਸੋਚ ਨਹੀਂ ਹੈ ਉਸ ਤਰ੍ਹਾਂ ਦੀ ਉਧਰ ਤੇ ਨੇਚਰਲੀ ਪਰਮਾਤਮਾ ਤੁਹਾਨੂੰ ਮੈਂ ਹੈਰਾਨ ਆ ਵੀ ਜਿਵੇਂ ਜਿਵੇਂ ਤੁਹਾਡੀ ਏਜ ਹੁੰਦੀ ਜਾਂਦੀ ਹੈ ਮੈਂ ਹੁਣ 47 ਦੇ ਮੈਨੂੰ 48 ਮਾ ਲੱਗਿਆ ਹੋਇਆ ਪਰ ਕੱਪੜਿਆਂ ਪ੍ਰਤੀ ਮੈਨੂੰ ਕੋਈ ਟੋਕਦਾ ਥੋੜੀ ਵੀ ਤੋ ਆ ਨਹੀਂ ਪਉਣਾ ਆ ਨਹੀਂ ਪਣਾ ਮੇਰੀ ਸੋਚ ਹੀ ਵਕਤ ਦੇ ਨਾਲ ਬਦਲ ਰਹੀ ਆਪਣੇ ਆਪ ਬਿਲਕੁਲ ਫਿਰ ਮੈਨੂੰ ਸਮਝ ਆਈ ਵੀ ਵਾਕਿਆ ਹੀ ਪਰਮਾਤਮਾ ਨੇ ਕੁਝ ਅਲੈਦਾ ਬਣਾਇਆ ਜਦੋਂ ਬੱਚਾ ਯੰਗ ਹੁੰਦਾ ਹੈ ਉਹ ਸਾਵਨਾਂ ਰਹਿੰਦਾ ਜਦੋਂ 20 ਸਾਲ ਦਾ ਹੁੰਦਾ 30 ਸਾਲ ਦਾ ਹੁੰਦਾ 40 ਦਾ ਹੁੰਦਾ 50 ਦਾ ਹੁੰਦਾ 70 ਦਾ ਹੁੰਦਾ ਉਹ ਹਾਲਾਤਾਂ ਨਾਲ ਕੰਪਰੋਮਾਈਜ਼ ਕਰਨਾ ਤੇ ਕੀ ਕੀ ਚੀਜ਼ਾਂ ਕਰਨੇ ਆਪਣੇ ਆਪ ਹੀ ਸਮੇਂ ਨਾਲ ਫਿਰ ਉਹ ਆਪਣੇ ਪੋਤੇ ਪੋਤੀਆਂ ਚ ਖੁਸ਼ ਰਹਿਣ ਲੱਗ ਜਾਂਦਾ ਫਿਰ ਆਪਣੇ ਬੱਚਿਆਂ ਦਾ ਵਿਆਹ ਕਰਕੇ ਖੁਸ਼ ਕਿੱਥੇ ਉਹ 20 30 ਸਾਲ ਦੀ ਉਮਰ ਚ ਛੜਪੇ ਘਰੋਂ ਬਾਹਰ ਪਾਈਦਾ ਹੁੰਦਾ ਫਿਰ ਉਹੀ ਘਰ ਹੈ ਜਿਹੜਾ ਉਹ ਵੱਧਿਆ ਲੱਗਾਂਗਾ ਵਾਕੇ ਉਮਰ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਕੁਝ ਸਮਾਂ ਤੇ ਕੁਝ ਉਮਰ ਦੋਨੇ ਬਹੁਤ ਕੁਝ ਸਿਖਾਉਂਦੇ ਤੇ ਮੈਨੂੰ ਨਾ ਮੈਂ ਇੱਕ ਇਹੀ ਗੱਲ ਤੁਹਾਡੀ ਗੱਲ ਤੇ ਯਾਦ ਆਈ ਗੁਰਦਾਸ ਮਾਨ ਸਾਹਿਬ ਜਿਹਦੇ ਤੁਸੀਂ ਸ਼ਾਇਦ ਗਾਣਾ ਸੁਣਿਆ ਹੋਣਾ ਜਦ ਜੋ ਬੰਦੀ ਰੁਤਾਵੇ ਤੇ ਪੂਰਾ ਉਹੀ ਤੁਸੀਂ ਗੱਲ ਦੱਸੀ ਹੈ ਕਿ ਪੂਰੀ ਜ਼ਿੰਦਗੀ ਕਿਦਾਂ ਮੁੱਛਾਂ ਦੀ ਇਹਦੇ ਮੁੰਡਾ ਇਕੱਲਾ ਰਹਿਣ ਦੀ ਆਦਤ ਰੈਂਦੀ ਹੈ ਫਿਰ ਫਿਰ ਜਦਾਂ ਜਦਾਂ ਵੱਡਾ ਹੁੰਦਾ ਜਾਂਦਾ ਫਿਰ ਉਹ ਐਂਡ ਵਕਤ ਤੇ ਪੂਰਾ ਸੋਚਦਾ ਹੈ ਕਿ ਮੈਂ ਕੀ ਕੀਤਾ ਕੀ ਨਹੀਂ ਕੀਤਾ ਜ਼ਿੰਦਗੀ ਚ ਤੇ ਉਹੀ ਚੀਜ਼ਾਂ ਨੇ ਸਾਰੀਆਂ ਕੁਝ ਤੇ ਤਾਂ ਤੁਸੀਂ ਇੱਕ ਇੰਟਰਵਿਊ ਦੱਸਿਆ ਤੁਹਾਨੂੰ ਅਜੇ ਦੇ ਵਗਨ ਦੀ ਅੱਖਾਂ ਬੜੀ ਪਸੰਦ ਨੇ ਹੈਨਾ ਤੁਸੀਂ ਕੋਈ ਫਿਲਮ ਮਿਸ ਨਹੀਂ ਕਰਦੇ ਉਹਨਾਂ ਦੀ ਨੇ ਕਾਫੀ ਹੁਣ ਮਿਸ ਹੋ ਜਾਂਦੀਆਂ ਜਿਹੜੀਆਂ ਹੁਣ ਆ ਗਈਆਂ ਹਾਂ ਹਾਂ ਹੁਣ ਤਾਂ ਕਿਉਂ ਹਾਂ ਮੈਨੂੰ ਪਿਛਲੀਆਂ ਅੱਜ ਤੋਂ ਜਿਹੜੀਆਂ 20 ਸਾਲ ਪਹਿਲਾਂ ਆਇਆ ਸੀ ਤੇ ਜਦੋਂ ਉਹ ਝਾਕਦੇ ਨਾ ਮੇਰੇ ਖਿਆਲ ਪੂਰੀ ਬੋਲੰਦੀ ਤਾਂ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਉਹ ਮਤਲਬ ਕਿਸੇ ਨਾਲ ਗਏ ਸੀ ਵੀਰੂ ਦੇਵ ਗੰਦੇ ਬੇਟਾ ਨੇ ਉਹ ਤੇ ਕਿਸੇ ਆਫਿਸ ਚ ਕੋਈ ਕਿਸੇ ਐਕਟਰ ਨਾਲ ਜਾਂ ਜਿਹਨੇ ਐਕਟਰ ਬਣਨਾ ਸੀਗਾ ਉਹਨਾਂ ਨਾਲ ਗਏ ਸੀ ਤੇ ਉਹਨਾਂ ਨੇ ਮਤਲਬ ਉਹ ਵਾਪਸ ਆ ਗਏ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਡਾਇਰੈਕਟਰ ਸੀ ਉਹ ਕਹਿੰਦੇ ਜੋਰੀ ਹੁੰਦਾ ਨਾ ਜਿਹੜਾ ਉਹ ਕਹਿੰਦਾ ਯਾਰ ਉਹ ਮੁੰਡੇ ਨੂੰ ਬੁਲਾਉਂ ਕਹਿੰਦੇ ਸਰ ਉਹ ਤਾਂ ਆਪਣੇ ਵੀਰੂ ਦੇਵ ਕਨ ਦਾ ਆ ਲੜਕਾ ਬੇਟਾ ਹੈ ਨਾ ਠੀਕ ਕਹਿੰਦੇ ਵੀ ਮੈਂ ਉਹਨੂੰ ਵੀ ਮੂਵੀ ਲਈ ਹਮ ਸਾਈਨ ਕਰਨਾ ਚੂਸ ਕਰਨਾ ਸਾਈਨ ਕਰਨਾ ਕਹਿੰਦੇ ਕਿਉਂ ਸਾਵਲਾ ਜਹਾ ਹੈ ਉਹ ਕਹਿੰਦਾ ਵੀ ਇਹਦੇ ਅੱਖਾਂ ਨੇ ਨਾ ਜਿਹੜੀਆਂ ਬਹੁਤ ਕੁਝ ਕਹਿੰਦੀਆਂ ਨੇ ਤੇ ਮੇਰਾ ਖਿਆਲ ਉਹ ਫੂਲ ਔਰ ਕਾਂਟੇ ਸੀ अच्छा पहली जड़ी पहली हाँ। हाँ। नहीं नहीं मैं रखया हां ना जी ਤੇ ਉਸ ਤੋਂ ਲੈ ਕੇ ਹੁਣ ਤੱਕ ਸਹੀ ਗੱਲ ਉਹ ਮਿਸਾਲ ਨੇ ਸਹੀ ਗੱਲ ਇੰਡਸਟਰੀ ਲਈ ਹੂੰ ਤੇ ਮੈਂ ਨਵੀਆਂ ਮੂਵੀਆਂ ਤਾਂ ਨਹੀਂ ਹਲੇ ਨਹੀਂ ਦੇਖਿਆ ਇੱਕ ਥੱਪੜ ਮੂਵੀ ਵੇਖੀ ਸੀ ਅਰੇ ਥੱਪੜ ਉਹ ਮੈਨੂੰ ਉਹ ਵੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਥੱਪੜ ਮੂਵੀ ਜ਼ਰੂਰ ਦੇਖੋ ਮੈਂ ਬੇਟੀ ਕੋਲੇ ਗਈ ਹੋਈ ਸੀ ਉੱਥੇ ਬਹਿ ਕੇ ਦੇਖੀ ਲਾਜਵਾਬ ਮੂਵੀ ਹੈ ਕਹਿੰਦੇ ਕਿਸੇ ਵੀ ਗਨਾਹ ਨੂੰ ਪਹਿਲੇ ਸਟੈਪ ਤੇ ਰੋਕ ਦੋਂਗੇ ਬਿਲਕੁਲ ਬਿਲਕੁਲ ਹੁਣ ਇਹ ਨਾ ਸੋਚੋ ਵੀ ਇਹ ਪਹਿਲਾ ਹੀ ਆ ਹੂੰ ਇਹ ਮੈਨੂੰ ਥੀਮ ਮੂਵੀ ਦਾ ਹੀ ਲੱਗਿਆ ਬਿਲਕੁਲ ਬਿਲਕੁਲ ਹੋਰ ਨਾ ਇਹ ਜ਼ਰੂਰੀ ਚੀਜ਼ ਆ ਮੈਮ ਤੂੰ ਜਿਹੜੀ ਤੁਸੀਂ ਗੱਲ ਕਹੀ ਨਾ ਮੈਂ ਆਪਣੀ ਮੰਮੀ ਦੀ ਐਗਜ਼ਾਮਪਲ ਦਿੰਨਾ ਜਦੋਂ ਮੈਂ ਕਰੇ ਮਾਮਾ ਜੀ ਦੀ ਕੁੜੀਆਂ ਨੇ ਆਣਾ ਜਾਂ ਕਿਸੇ ਹੋਰ ਕਿਸੇ ਸਿਸਟਮ ਨੇ ਆਣਾ ਤੇ ਆਪਾਂ ਜੇ ਉਹਨਾਂ ਨੂੰ ਇਦਾਂ ਹੱਥ ਵੀ ਕਰ ਲੈਣਾ ਕਿ ਇਦਾਂ ਮਾਰਿਆ ਬੱਚੇ ਮਾਰ ਦਿੰਦੇ ਨੇ ਮੁੰਡਾ ਕੁੜੀ ਤੇ ਮੰਮੀ ਨੇ ਆ ਕੇ ਨਾ ਮੇਰੇ ਚਪੇੜ ਮਾਰ ਦੇਣੇ ਕਿ ਹੱਥ ਚਲਾਕੀ ਨਹੀਂ ਕਰਨੀ ਉਹ ਫਿਰ ਆਦਤ ਬਚ ਹਾਂ ਬਿਲਕੁਲ ਮਾਮਾ ਆਪਾਂ ਨੂੰ ਐ ਸਮਝਾਉਂਦੀਆਂ ਨਹੀਂ ਲਾਣਾ ਹਾਂ ਉਹ ਪਹਿਲੇ ਗੱਲ ਤੇ ਟੋਕਦਾ ਤੇ ਅੱਜ ਤੱਕ ਨਾ ਮੈਂ ਉਸੀ ਚੀਜ਼ ਤੇ ਰਹਿਣਾ ਕਿ ਨਹੀਂ ਕੋਈ ਫालतू ਨਹੀਂ ਕਰਨਾ ਐਂਡ ਤੱਕ ਦੇਖਣ ਵਾਲਾ ਵੀ ਪਰੇਸ਼ਾਨ ਹੁੰਦਾ ਹੂੰ ਐਂਡ ਤੇ ਬੋਲਦੀ ਉਹ ਹੀਰੋਨ ਕਚਹਿਰੀ ਦੇ ਅੰਦਰ ਵੀ ਇੱਕ ਥੱਪੜ ਉਹ ਜੱਜ ਫੀਮੇਲ ਹੁੰਦੀ ਆ ਜੱਜ ਵੀ ਔਰਤ ਹੁੰਦੀ ਆ ਉਹ ਕਹਿੰਦੀ ਵੀ ਤੇਰੇ ਹਸਬੰਦ ਨੇ ਇੱਕ ਥੱਪੜ ਮਾਰਿਆ ਉਹ ਕੀ ਵੱਡੀ ਚੀਜ਼ ਆ ਹੂੰ ਇੱਥੇ ਆਪਣੇ ਹਿੰਦੁਸਤਾਨ ਚ ਤਾਂ ਵੱਡੇ ਵੱਡੇ ਮਸਲੇ ਹੁੰਦੇ ਕਹਿੰਦੀ ਵੀ ਜੇ ਅੱਜ ਪਹਿਲਾ ਥੱਪੜ ਸੀ ਉਹ ਵੀ ਉਹ ਤੇ ਕਰੇ ਪਾਰਟੀ ਹੁੰਦੀ ਹੈ ਹਜ਼ਾਰਾਂ ਲੋਕ ਹੁੰਦੇ ਹੈ ਬਿਲਕੁਲ ਬਿਲਕੁਲ ਹੈਨਾ ਕਹਿੰਦੀ ਜੇ ਮੈਂ ਅੱਜ ਇਸ ਥੱਪੜ ਨੂੰ ਨਾ ਰੋਕਦੀ ਤਾਂ ਫਿਰ ਮੇਰੇ ਦੋ ਹੋਣੇ ਸੀ ਤਿੰਨ ਹੋਣੇ ਸੀ ਫਿਰ ਇਹਨੂੰ ਆਦਤ ਬਣ ਜਾਣੀ ਸੀ ਅੱਜ ਪਾਰਟੀ 'ਚ ਥੱਪੜ ਮਾਰਿਆ ਕੱਲੋਂ ਸੜਕੇ ਤੇ ਮਾਰਦਾ ਕਿਤੇ ਵੀ ਮਾਰਦਾ ਫਿਰ ਉਹੀ ਫੈਸਲਾ ਜੱਜ ਲੈਂਦੀ ਹੈ ਸ਼ਾਇਦ ਉਹ ਵੀ ਟੌਰਚਰ ਹੁੰਦੀ ਹੈ ਕਰੇ ਸਿਕਲ ਲੀਡਰ ਬਰਡ ਕੁਛ ਪਿਆ ਜੇ ਉਹਨੂੰ ਆਪਾਂ ਪੋਜ਼ਿਟਿਵ ਤਰੀਕੇ ਨਾਲ ਬਿਲਕੁਲ ਬਿਲਕੁਲ ਪਹਿਲੇ ਉਸ ਵੇਲੇ ਮੈਨੂੰ ਲੱਗਦਾ ਸੀ ਕਿ ਮੰਮੀ ਕਿਉਂ ਮਾਰ ਰਹੀ ਹੈ ਲੇਕਿਨ ਅੱਜ ਮੈਨੂੰ ਲੱਗਦਾ ਕਿ ਨਹੀਂ ਉਹ ਜਿਹੜਾ ਥੱਪੜ ਮਾਰੇ ਉਹਨਾਂ ਨੇ ਮੇਰੇ ਬਹੁਤ ਸਹੀ ਮਾਰੇ ਅਸੀਂ ਕਈ ਵਾਰ ਮੰਜੇ ਤੇ ਬਹਿ ਕੇ ਲੱਤਾਂ ਹਿਲਾਉਣ ਲੱਗ ਜਾਨਾ ਫਟਾਫਟ ਚੱਲਦੇ ਤਾਂ ਮੇਰੇ ਮੰਮਾ ਨੇ ਕਹਿੰਦਾ ਲੱਤਾਂ ਹਿਲਾਉਣੀਆਂ ਮਾਰ ਗਿਆ ਹੁੰਦੀਆਂ ਹਨ ਕਿਉਂ ਹਿਲਾਉਣੇ ਤੇ ਹੁਣ ਪਤਾ ਲੱਗਦਾ ਵੀ ਇਹਨਾਂ ਗੱਲਾਂ ਦੇ ਅਰਥ ਕੀ ਆ ਜੇ ਠੰਡ ਹੁੰਦੀ ਸੀ ਮੋਢੇ ਤਾਂ ਕਰਕੇ ਆਏ ਮਤਲਬ ਹੋ ਕਰਕੇ ਤੁਰਨਾ ਤੇ ਮੇਰੇ ਮੰਮੀ ਨੇ ਕਿਹਾ ਮੋਢੇ ਥਲੇ ਕਰ ਹੁਣ ਮੈਂ ਆਪਦੀ ਬੇਟੀ ਨੂੰ ਕਹਿੰਦੀ ਆ ਮੋਢੇ ਥੱਲੇ ਕਰ ਕਿ ਮੇਰੇ ਮੰਮੀ ਨੇ ਕਿਹਾ ਨਾ ਵੀ ਜਦੋਂ ਤੁਸੀਂ ਆਏ ਹੋ ਕੇ ਤਰੋਂਗੇ ਨਾ ਥੋੜੀ ਚੱਲਣ ਚ ਵੀ ਹਾਂ ਥੋੜੀ ਜਿਹੜੀ ਹੈਸੇਤ ਹੈ ਉਹ ਚੱਲ ਕੇ ਦੇ ਬਿਲਕੁਲ ਬਿਲਕੁਲ ਤੇ ਮੈਨੂੰ ਕਹਣਾ ਤੇਰਾ ਕੱਦ ਕਾਠ ਹੈਡ ਹੈ ਜੇ ਤੂੰ ਆਏ ਝੋਕੇ ਤਰਨ ਲੱਗੀ ਤੇਰੀ ਸਾਰੀ ਪਰਸਨੈਲਿਟੀ ਗਲ ਹੋ ਜਾਊਗੀ ਦੇਖੋ ਮੇਰੇ ਮਮਾ ਪਿੰਡਾਂ ਦੇ ਸੀ ਪਰ ਇੰਨਾ ਚੀਜ਼ਾਂ ਦੇ ਉਹਨਾਂ ਨੂੰ ਬੜੀ ਬਿਲਕੁਲ ਬਿਲਕੁਲ ਸੀ ਔਰ ਤੁਸੀਂ ਨਾ ਇੱਕ ਇੰਟਰਵਿਊ 'ਚ ਇੱਕ ਹੋਰ ਗੱਲ ਕਹੀ ਸੀ ਕਿ ਸਮਝਦਾਰ ਹੋਣ ਵਾਸਤੇ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਹੈ ਨਹੀਂ ਬਿਲਕੁਲ ਵੀ ਬਿਲਕੁਲ ਕਈ ਵਾਰ ਵੱਡੇ ਵੱਡੇ ਪੜੇ ਲਿਖਿਆ ਤਾਂ ਉਹ ਗਲਤੀਆਂ ਹੋ ਜਾਂਦੀਆਂ ਜਿਹੜਾ ਅਨਪੜ ਸਾਰੀ ਉਮਰ ਨਹੀਂ ਕਰਦਾ ਬਿਲਕੁਲ 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 ਵੱਡੇ ਵੱਡੇ ਪੜੇ ਲਿਖਿਆ ਤਾਂ ਉਹ ਗਲਤੀਆਂ ਹੋ ਜਾਂਦੀਆਂ ਜਿਹੜਾ ਅਨਪੜ ਸਾਰੀ ਉਮਰ ਨਹੀਂ ਕਰਦਾ ਬਿਲਕੁਲ ਬਿਲਕੁਲ ਨਹੀਂ ਇਹ ਜਿਹੜੀ ਨੌਲੇਜ ਹੈ ਹਾਂ ਪੜਾਈ ਲਿਖਾਈ ਨਾਲ ਆਪਣੇ ਮਤਲਬ ਇਹ ਪਤਾ ਲੱਗ ਜਾਂਦਾ ਕਿ ਫਲਾਣੇ ਮੂਲਕ ਚ ਆਹ ਹੋ ਰਿਹਾ ਹੈ ਹਨਾ ਫਲਾਣੇ ਮੂਲਕ ਚ ਆਹ ਹੋ ਰਿਹਾ ਹੈ ਸਾਡਾ ਸਾਡੇ ਮਤਲਬ ਮੂਲਕ ਚ ਆਹ ਹੋ ਰਿਹਾ ਸਾਡੇ ਪੰਜਾਬ ਚ ਆਹ ਹੋ ਰਿਹਾ ਸਾਡੇ ਹਰਿਆਣੇ ਚ ਆਹ ਹੋ ਰਿਹਾ ਸਾਡੇ ਰਾਜਸਥਾਨ ਚ ਆ ਹੋਰੇ ਇਹਨਾਂ ਚੀਜ਼ਾਂ ਦਾ ਪੜ੍ਹਾਈ ਲਿਖਾਈ ਚ ਹੈ ਨਾ ਕਿਹੜੇ ਮੁਲਕ ਇੱਕ ਬਹੁਤ ਗਿਆਨਵਤ ਹੈ ਪੜ੍ਹਾਈ ਲਿਖਾਈ ਨਾਲ ਇਹ ਨਹੀਂ ਹੈ ਪਰ ਇਹ ਨਹੀਂ ਹੈ ਵੀ ਆ ਪਾਣੀ ਹੈ ਇਹ ਪਾਣੀ ਤੋਂ ਆਪਾਂ ਕਿੰਨੀਆਂ ਚੀਜ਼ਾਂ ਬਣਾ ਸਕਦੇ ਆ ਜਿੰਨਾ ਸਾਡੇ ਅਨਪੜ ਇੱਕ ਮੈਂ ਇੱਕ ਗੱਲ ਕਹਿਣੀ ਹੁੰਦੀ ਆ ਵੀ ਜੇ ਅਨਪੜ ਮਾਪੇ ਸਾਨੂੰ ਡੀਸੀ ਬਣਾ ਸਕਦੇ ਤਾਂ ਉਹ ਅਨਪੜ ਕਿਵੇਂ ਰਹਿਗੇ ਬਿਲਕੁਲ 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 ਬਹੁਤ ਸਾਰੀ ਕਾਬਲੀਅਤ ਹੈ ਜਿਹੜਾ ਸਾਨੂੰ ਡੀਸੀ ਬਣਾਇਆ ਬਿਲਕੁਲ ਫੇਰ ਆਪਾਂ ਉਹਨਾਂ ਨੂੰ ਇਹ ਸੋਚ ਕੇ ਵੀ ਸਾਡੇ ਤਾਂ ਮਾਵਾ ਪਾਨ ਪੜਿਆ ਉਹਨਾਂ ਨੂੰ ਤਾਂ ਪਾਉਣ ਲਾਉਣ ਦਾ ਚੱਜ ਨਹੀਂ ਹਨ ਇਹ ਉਹਨਾਂ ਨੂੰ ਖਾਣ ਦਾ ਚੱਜ ਨਹੀਂ ਪਾਰਟੀਆਂ ਚ ਕਿਵੇਂ ਬਹਿਣਾ ਉਹਨਾਂ ਨੂੰ ਇਹ ਚੱਜ ਨਹੀਂ ਨਹੀਂ ਇਹ ਸਾਨੂੰ ਚੱਜ ਨਹੀਂ ਵੀ ਅਸੀਂ ਆਪਦੇ ਰੱਬ ਦੀ ਕਿਵੇਂ ਕਦਰ ਕਰਦੇ ਉਹ ਨਹੀਂ ਨਾ ਸਾਨੂੰ ਅਕਲ ਨਹੀਂ ਵੀ ਜਿਹੜੇ ਸਾਡੇ ਰੱਬ ਨੇ ਜਿਨ੍ਹਾਂ ਨੇ ਸਾਨੂੰ ਡੀਸੀ ਬਣਾਇਆ ਇਹ ਸਾਨੂੰ ਆਪ ਸਾਨੂੰ ਅਕਲ ਲੈਂਦੀ ਬਿਲਕੁਲ ਬਿਲਕੁਲ ਲੋੜੇ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਰਦੇ ਕਿ ਜਿਹੜੇ ਮਾਵਾ ਆਪਣੇ ਤੁਹਾਨੂੰ ਇੰਨਾ ਵੱਡਾ ਬਣਾਤਾ ਉਹ ਛੋਟੇ ਕਿੱਦਾਂ ਹੋ ਸਕਦੇ ਹੈ ਬਿਲਕੁਲ ਨਹੀਂ ਉਹ ਤਾਂ ਬਲਕਿ ਤੁਹਾਡੇ ਤੋਂ ਕਈ ਗੁਣਾ ਉੱਪਰ ਨੇ ਹਾਂ ਆਪਾਂ ਪੈਸੇ ਕਮਾਉਣ ਚ ਵੱਡੇ ਹੋ ਜਾਂਦੇ ਹਾਂ ਪਰ ਜੋ ਕੁਰਬਾਨੀਆਂ ਉਹਨਾਂ ਦੀਆਂ ਨੇ ਜੋ ਉਹਨਾਂ ਨੇ ਆਪਾਂ ਨੂੰ ਦਿੱਤਾ ਹੈ ਬਿਲਕੁਲ ਸਾਰੀ ਉਮਰ ਆਪਾਂ ਦੇਈ ਨਹੀਂ ਸਕਦੇ ਹਾਂ ਪਰ ਪਤਾ ਉਹਦੋਂ ਲੱਗਦਾ ਜਦੋਂ ਉਹ ਸਾਡੇ ਤੋਂ ਦੂਰ ਚਲੇ ਜਾਂਦੇ ਹਾਂ ਹਾਂ ਯਾ ਅਸੀਂ ਇਹ ਵੀ ਇੱਕ ਕੌੜੀ ਸੱਚਾਈ ਹੈ ਇਹ ਤਾਂ ਹੈ ਉਸ ਤੋਂ ਪਹਿਲਾਂ ਸਾਨੂੰ ਅਕਲ ਨਹੀਂ ਆਉਂਦੀ ਨਹੀਂ ਕਿਉਂ ਨਹੀਂ ਆਉਂਦੀ ਕਿਉਂਕਿ ਆਪਾਂ ਪੋਜ਼ਿਟਿਵ ਬਹੁਤ ਜ਼ਿਆਦਾ ਹੁੰਨੇ ਹਾਂ ਹਮ ਆਪਨੋਂ ਆਲਾ ਤਾਂ ਵੀ ਲੈ ਸਾਡੇ ਮਾਪੇ ਨੇ ਸਾਥ ਕਿੱਥੇ ਜਾਣਾ ਇਹਨਾਂ ਨੂੰ ਸਾਡੇ ਕੋਲ ਹੀ ਰਹਿਣ ਬਿਲਕੁਲ 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 ਆਪੇ ਕਹਾਣੀ ਰਚ ਵਰਦੇ ਹੁੰਨੇ ਤੇ ਮੈਂ ਕਹਿੰਦੀ ਆ ਵੀ ਯੰਗ ਬੱਚਿਆਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਉਮਰ ਦਾ ਸਾਹਾਂ ਦਾ ਕੋਈ ਪਤਾ ਨਹੀਂ ਕਦੇ ਵੀ ਆਏ ਨਾ ਸੋਚੋ ਵੀ ਹਾਲੇ ਅਸੀਂ 20 ਸਾਲ ਦੇ ਆ ਅਸੀਂ 40 ਦੇ ਆ ਅਸੀਂ 45 ਦੇ ਆ ਅਸੀਂ ਯੰਗ ਆ ਸਾਡੇ ਮਾਪੇ ਨੇ ਕਿੱਥੇ ਜਾਣਾ ਹੋ ਸਕਦਾ ਮਾਪੇ ਤੋਂ ਪਹਿਲਾਂ ਤੁਸੀਂ ਕਿਤੇ ਚਲੇ ਜਾਓ ਹੈਨਾ ਉਹ ਗਲਤੀ ਜਦੋਂ ਤੁਸੀਂ ਮਾਪੇ ਤੋਂ ਪਹਿਲਾਂ ਪਰਮਾਤਮਾ ਕੋਲੇ ਪਹੁੰਚ ਜਾਓ ਉਹ ਗਲਤੀਆਂ ਦਾ ਲੈਖਾ ਜੋਖਾ ਤੁਹਾਨੂੰ ਪਹਿਲਾਂ ਦੇਣਾ ਪਵੇ ਸਹੀ ਗੱਲ ਹੈ ਜ਼ਰੂਰੀ ਨਹੀਂ ਵੀ ਮਾਪੇ ਨਹੀਂ ਜਾਣਾ ਹੋ ਸਕਦਾ ਵਕਤ ਤੋਂ ਪਹਿਲਾਂ ਆਪਾਂ ਹੀ ਚਲੇ ਜਾਈਏ ਤੇ ਜਿਹੜਾ ਆਪਾਂ ਮਾਪੇ ਆਪਣਾ ਬਿਹੇਵ ਕੀਤਾ ਉਹਨਾਂ ਤੋਂ ਪਹਿਲਾਂ ਜਾ ਕੇ ਉੱਤੇ ਸਹੀ ਗੱਲ ਹੈ ਲੇਖਾ ਜੋਖਾ ਆਪਾਂ ਨੂੰ ਦੇਣਾ ਪਵੇ ਇਸ ਕਰਕੇ ਇਹ ਨਾ ਸੋਚੋ ਵੀ ਸਾਡੇ ਪੇਰੈਂਟਸ ਨੇ ਜਾਣਾ ਅਸੀਂ ਨਹੀਂ ਜਾਣਾ ਹਾਲੇ ਅਸੀਂ ਛੋਟੇ ਹਾਂ ਪਤਾ ਨਹੀਂ ਦੋਨਾਂ ਚੋਂ ਜਾਂ ਭੈਣ ਭਰਾਵਾਂ ਚੋਂ ਲਾ ਲਓ ਕੀ ਨੇ ਕਦੋਂ ਪਹਿਲਾਂ ਤੁਰ ਜਾਣਾ ਤੇ ਮਾਹੌਲ ਨੂੰ ਕੋਸ਼ਿਸ਼ ਕਰੋ ਹਾਂ ਵਧੀਆ ਬਣਾ ਕੇ ਖੁਸ਼ੀ ਨਾਲ ਕਰੋ ਹਾਂ ਮਿਲ ਕੇ ਜੁਸਕੇ ਤੇ 2 ਜੁਲਾਈ ਨੂੰ ਸ਼ਾਇਦ ਤੁਹਾਡੇ ਫਾਦਰ ਦੀ ਐਨੀਵਰਸਰੀ ਹੁੰਦੀ ਡੈਥ ਐਨੀਵਰਸਰੀ ਸੈ ਹਾਂ ਜੀ ਹਨਾ ਤੁਸੀਂ ਫੋਟੋ ਸ਼ੇਅਰ ਕੀਤੀ ਸੀ ਉਹਨਾਂ ਦੀ ਇੰਸਟਾਗ੍ਰam ਤੇ ਹਾਂ ਜੀ ਤੇ ਤੁਸੀਂ ਪਾਪਾਸ ਗਰਲ ਸੀਗੇ ਕੀ ਡੈਡੀਜ਼ ਡਾਟਰ ਕਹਿੰਦੇ ਹਨ ਅੱਜਕੱਲ ਇੰਗਲਿਸ਼ ਦੇ ਵਿੱਚ ਕੀ ਪਾਪਾ ਕੀ ਪਰੀ ਟਾਈਪ ਹਾਂ ਤੁਸੀਂ ਸੀਗੇ ਪਾਪਾ ਦੇ ਕਲੋਜ਼ ਬਹੁਤ ਜ਼ਿਆਦਾ ਸੀ ਬੇहद ਜ਼ਿਆਦਾ ਕਲੋਜ਼ ਮਾਂ ਦੇ ਵੀ ਹਾਂ ਬਹੁਤ ਪਿਆਰ ਕਰਦੀ ਹੈ ਪਰ ਪਤਾ ਨਹੀਂ ਵੀ ਮੈਨੂੰ ਆਪਣੇ ਪਾਪਾ ਦਾ ਪਿਆਰ ਬਹੁਤ ਅੰਪੇਰ ਹੁੰਦਾ ਸੀ ਮੈਂ ਜਦੋਂ ਅਗੇ ਕੁੜੀਆਂ ਨੂੰ ਚੰਗਾ ਨਹੀਂ ਸਮਝਦਾ ਹੁੰਦਾ ਜਦੋਂ ਮੈਂ ਸੈਕਿੰਡ ਹੋਈ ਤੇ ਮੇਰੇ ਪਾਪਾ ਜੌਬ ਤੋਂ ਆਏ ਫੋਰੈਸਟ ਸੀਗੇ ਜੰਗਲਾਤ ਵਿਭਾਗ ਵਿੱਚ ਸੀਗੇ ਮਮਾ ਰੋਣ ਲੱਗੇ ਵੀ ਦੂਜੀ ਹੋ ਗਈ ਮੇਰੇ ਤੋਂ ਪਹਿਲਾਂ ਬੇਟਾ ਹੋ ਕੇ ਗੁਜ਼ਰ ਗਿਆ ਸੀ ਉਦੋਂ ਉਦੋਂ ਵੱਡੇ ਮੇਰੇ ਸਿਸਟਰ ਨੇ ਤੇ ਵਿਚਾਲੋ ਬੇਟਾ ਹੋ ਕੇ ਗੁਜ਼ਰ ਗਿਆ ਉਸ ਤੋਂ ਬਾਅਦ ਮੈਂ ਆਈ ਤੇ ਮਮਾ ਰੋਣ ਲੱਗੇ ਵੀ ਦੂਜੀ ਕੁੜੀ ਪੱਥਰ ਹੀ ਕਹਿੰਦੇ ਹੁੰਦੇ ਸੀ ਜੇ ਉਦੋਂ ਉਸ ਹੈਨਾ ਮਾਹੌਲ ਚ ਪਿੰਡ ਵਾਲੇ ਮਾਹੌਲ ਚ ਵੀ ਦੂਜਾ ਪੱਥਰ ਆ ਗਿਆ ਤੇ ਮੇਰੇ ਪਾਪਾ ਨੇ ਮੇਰੇ ਮੂੰਹ ਵਾਲ ਦੇਖ ਕੇ ਕਿਹਾ ਵੀ ਰੋਂਦੀ ਕਿਉਂ ਐ ਦੇਖ ਕੇ ਨਹੀਂ ਸੋਣੀ ਆ ਹਮ ਹੈਨਾ ਫਿਰ ਅੱਜ ਵੀ ਮੰਮੀ ਕਹਿੰਦੇ ਹੁੰਦੇ ਆ ਵੀ ਮੈਂ ਤੇਰੇ ਪਿਓ ਨੂੰ ਕਿਹਾ ਵੀ ਸੋਹਣੀ ਨੂੰ ਕੀ ਚਟਣਾ ਕੀ ਪਤਾ ਇਹਦੇ ਲੇਖ ਕਿਹੋ ਜਿਹਾ ਨਿਕਲਣਗੇ ਹਮ ਤੇ ਸਹੀ ਗੱਲ ਅੱਜ ਮੈਨੂੰ ਆਪਦੀ ਬੇਟੀ ਦਾ ਫਿਕਰ ਐਂ ਹੁੰਦਾ ਹਮ ਸ਼ਾਇਦ ਜਿਵੇਂ ਉਦੋਂ ਮੇਰੀ ਮਾਂ ਨੇ ਸੋਚਿਆ ਸੀ ਮੈਂ ਕਹਿੰਨੀ ਵੀ ਅਸੀਂ ਬਹੁਤ ਮਿਆ ਬੀਬੀ ਉਹਨੂੰ ਪਿਆਰ ਦਿੰਨੇ ਹਮ ਉਹਨੂੰ ਲਾਡਾ ਨਾ ਪਾਲਦੇ ਉਹ ਸਾਡੀ ਪਰੀ ਹੈ ਹਨਾ ਬਿਲਕੁਲ ਸਾਡਾ ਸੁਫਨ ਹੈ ਹਮ ਸਾਡਾ ਹਰ ਸੁਖ ਹੈ ਹੋ ਸਾਡੇ ਮਨ ਦੀ ਸ਼ਾਂਤੀ ਹੈ ਪਰ ਜਦੋਂ ਮੈਂ ਸੋਚਦੀ ਆ ਅੱਜ ਉਹ 19 ਸਾਲ ਦੀ ਹੈ ਵੀ ਜਦੋਂ ਕਿਤੇ ਉਹਦਾ ਵਿਆਹ ਦਾ ਟਾਈਮ ਆਇਆ ਹੈ ਮਹਾਰਾਜ ਜਿਹੜਾ ਉਹਦਾ ਜੀਵਨ ਸਾਥੀ ਹੋਵੇ ਬਹੁਤ ਅੱਛਾ ਹੋਵੇ ਹਮ ਪੈਸਾ ਤਾਂ ਵੱਧ ਘਟਦਾ ਰਹਿੰਦਾ ਬਿਲਕੁਲ ਫਿਰ ਹੀਰੇ ਵੀ ਔਰਤ ਨੂੰ ਮਾੜੇ ਲੱਗਣ ਲੱਗ ਜਾਂਦੇ ਆ ਜਦੋਂ ਔਰਤ ਪਿਆਰ ਭਾਰਤ ਨੂੰ ਪਿਆਰ ਕਰਨ ਵਾਲਾ ਨਾ ਹੋਵੇ ਬਿਲਕੁਲ ਬਿਲਕੁਲ ਤੇ ਸਭ ਤੋਂ ਵੱਡਾ ਫਿਕਰ ਉਹ ਉਹ ਤੋਂ ਫਿਰ ਮਾਪੇ ਬਾਬ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿਉਂਕਿ ਹੁਣ ਸਾਡੇ ਸੁਪਨੇ ਤਾਂ ਕਿਤੇ ਹੈ ਹੀ ਨਹੀਂ ਹਮ ਹੁਣ ਤਾਂ ਉਹਨਾਂ ਦੇ ਸੁਪਨੇ ਆ ਜਿਹੜੇ ਪੂਰੇ ਕਰਨ ਲਈ ਅਸੀਂ ਜਿਉ ਰਹੇ ਹੁੰਦੇ ਹਾਂ ਬਿਲਕੁਲ ਬਿਲਕੁਲ ਤੇ ਜਦ ਤੁਹਾਡੇ ਪਾਰਟਨਰ ਆਪਾਂ ਥੋੜੀ ਜਿਹੀ ਗੱਲ ਕਰ ਲੈਣ ਤੁਸੀਂ ਪਾਰਟਨਰ ਦੀ ਗੱਲ ਛੇੜੀ ਤੇ ਕੀ ਐਕਸਪੈਕਟੇਸ਼ਨ ਸੀਗੀ ਤੁਹਾਡੀ ਸੱਚ ਦੱਸੋ ਮੈਨੂੰ ਕੋਈ ਮਹਿਲਾ ਦਾ ਸੁਪਨਾ ਨਹੀਂ ਆਉਂਦਾ ਸੀਗਾ ਹਮ ਕੋਈ ਮੈਨੂੰ ਅਮੇਰੀ ਦਾ ਸੁਫਨਾ ਨਹੀਂ ਹੁੰਦਾ ਸੀ ਕਿਉਂਕਿ ਮੈਂ ਬੜੇ ਮੀਡੀਅਮ ਜਿਹੇ ਪਰਿਵਾਰ ਚ ਉੱਠੀ ਸੀ ਮੀਡੀਅਮ ਫੈਮਿਲੀਆਂ ਵਾਲੇ ਵਾਲੇ ਦੇਖਦੀ ਸੀ ਜਿਹੜਾ ਸਾਡਾ ਹਮ ਕਲਚਰ ਸੀਗਾ ਉੱਥੇ ਫਿਰ ਸੁਪਨੇ ਵੀ ਉੱਡੇ ਉੱਡੇ ਸੀ ਹਮ ਕਿਉਂਕਿ ਬੰਦਾ ਜਿੱਥੇ ਦਿਨ ਰਾਤ ਫਿਰਦਾ ਹੈ ਸੁਪਨੇ ਤਾਂ ਉੱਥੇ ਹੀ ਹੁੰਦੇ ਆ ਬਸ ਐਂ ਹੁੰਦਾ ਸੀ ਵੀ ਜਿੱਥੇ ਮੇਰਾ ਵਿਆਹ ਹੋਵੇ ਜਿਵੇਂ ਮੇਰੇ ਮੰਮਾ ਘਰ ਦਾ ਕੰਮ ਕਰਦੇ ਹੁੰਦੇ ਸੀਗੇ ਨੇ ਕਾ ਮੋਟਾ ਜਾਂ ਆਲਾ ਦਵਾਲਾ ਚਾਚੀਆਂ ਤਾਇੀਆਂ ਜਾਂ ਸਾਡਾ ਗਵਾਂਢ ਕੰਮ ਕਰਦਾ ਸੀ ਉਦੋਂ ਬਸ ਆਹ ਜ਼ਰੂਰ ਹੁੰਦਾ ਸੀ ਜਦੋਂ ਕਿਤੇ ਆਂਡ ਗਵਾਂਢ ਚ ਕੁੱਟ ਮਾਰ ਦੇਖਦੇ ਜਾਂ ਕਿਸੇ ਟਾਰਚਰ ਹੁੰਦੀ ਲੇਡੀ ਨੂੰ ਦੇਖਦੇ ਮੈਂ ਸ਼ੁਰੂ ਤੋਂ ਸੈਂਸਿਟਿਵ ਸੀ ਬਹੁਤ ਜ਼ਿਆਦਾ ਮੈਂ ਹੈਰਾਨ ਆ ਵੀ ਮੈਂ ਇਨੀ ਸੈਂਸਿਟਿਵ ਕਿਉਂ ਸੀ ਕਿਉਂਕਿ ਆਰਟਿਸਟ ਹੁੰਨਾ ਮੈਂ ਪਤਾ ਨਹੀਂ ਉਦੋਂ ਤਾਂ ਪਤਾ ਵੀ ਨਹੀਂ ਸੀ ਵੀ ਆਰਟਿਸਟ ਬਣਨਾ ਹਨ ਤੇ ਸ਼ੁਰੂ ਤੋਂ ਸੀ ਉਹ ਤੋਂ ਮੈਨੂੰ ਆਇਆ ਹੁੰਦਾ ਸੀ ਵੀ ਹਾਏ ਮੇਰਾ ਪਤੀ ਮੈਨੂੰ ਕੁੱਟ ਮਾਰ ਕਰਨ ਵਾਲਾ ਜਾਂ ਮੈਨੂੰ ਟਾਰਚਰ ਕਰਨ ਵਾਲਾ ਨਾ ਬੀ ਛੋਟਾ ਜਿਹਾ ਸਾਡਾ ਘਰ ਹੋਵੇ ਪਰ ਮੈਂ ਉਹ ਛੋਟੀ ਜੀ ਨੌਕਰੀ ਤੇ ਜਾਂਦਾ ਹੋਵੇ ਹਨਾ ਤੇ ਮੈਂ ਅੱਡ ਕੰਮ ਕਰਾਂ ਉਹ ਅੱਡ ਕੰਮ ਕਰੇ ਮਤਲਬ ਸੋਹਣੀ ਜੀ ਲਾਈਫ ਹੋਵੇ ਉਹ ਤੋਂ ਆਸਫ ਨਹੀਂ ਹੁੰਦੇ ਬਿਲਕੁਲ ਬਿਲਕੁਲ ਤੇ ਅੱਜ ਵੀ ਮੇਰੇ ਸੁਪਨੇ ਬਦਲੇ ਨਹੀਂ ਅੱਜ ਵੀ ਮੈਨੂੰ ਆਏ ਨਹੀਂ ਲੱਗਦਾ ਕਿ ਸਾਡੇ ਥੱਲੇ ਕਰੋੜ ਦੀ ਗੱਡੀ ਹੋਵੇ ਜਾਂ ਸਾਡੇ ਥੱਲੇ 2 ਕਰੋੜ ਦੀ ਗੱਡੀ ਹੋਵੇ ਬਸ ਮੈਂ ਆਪਦੇ ਹਸਬੰਡ ਨੂੰ ਅੱਜ ਵੀ ਕਹਿੰਦੀ ਆ ਭਾਵੇਂ ਉਹ ਬੈਠੇ ਸੋਹਣੇ ਜਾਂਦੇ ਨੇ ਮੈਂ ਅੱਜ ਵੀ ਕਹਿੰਦੀ ਹੁੰਦੀ ਆ ਕਿ ਹਸਬੰਦ ਵਾਈਫ ਦਾ ਪਿਆਰ ਹੋਵੇ ਇੱਕ ਦੂਜੇ ਨੂੰ ਸਮਝਣ ਵਾਲੇ ਹੋਣ 5000 ਦੇ ਬੈੱਡ ਤੇ ਵੀ ਸੁਰਗ ਵਰਗੀ ਨੀਂਦ ਆ ਸਕਦੀ। ਬਿਲਕੁਲ ਬਿਲਕੁਲ ਟਰੂ ਤੇ 5400 ਦੇ ਸੂਟ ਨਾਲ ਔਰਤ ਪਰੇ ਲੱਗਦੀ ਐ। ਸਾਡੇ ਸਿਆਣੇ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਦੇ ਘਰੇ ਕੁੜੀ ਮੰਗਣੀ ਆ ਜਾਂ ਮੁੰਡਾ ਮੰਗਣਾ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੀਆਂ ਔਰਤਾਂ ਨੂੰ ਜਾ ਕੇ ਵੇਖੋ। ਜੇ ਉਹਨਾਂ ਦੇ ਜਿਹੜੇ ਮਰ ਜਾਏ ਆ ਨਾ ਤਾਂ ਉੱਥੇ ਕੁੜੀ ਕਦੇ ਨਾ ਦਿਓ। ਕਿਉਂਕਿ ਇਹਦਾ ਮਤਲਬ ਇਹ ਹੈ ਵੀ ਕਿਸੇ ਨਾ ਕਿਸੇ तरीके ਨਾਲ ਉਥੇ ਔਰਤਾਂ ਟਾਰਚਰ ਹੋ ਰਹੀਆਂ ਬਹੁਤ ਵੱਡੀ ਗੱਲ ਬਹੁਤ ਵੱਡੀ ਚੀਜ਼ ਹੈ ਇੱਕ ਸਭ ਤੋਂ ਪਹਿਲਾਂ ਕੰਧਾਂ ਦੇਖਣ ਨਾਲੋਂ ਜ਼ਮੀਨ ਦੇਖਣ ਨਾਲੋਂ ਕਾਰਾਂ ਦੇਖਣ ਨਾਲੋਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਘਰਾਂ ਦੀਆਂ ਲੇਡੀਜ਼ ਨੂੰ ਦੇਖੋ ਜੀ ਕੀ ਚਿਹਰੇ ਕਿਦਾਂ ਦੇਖੋ ਵੀ ਉਹਨਾਂ ਦੇ ਚਿਹਰੇ ਕੀ ਕਹਿੰਦੇ ਆ ਕਿਉਂਕਿ ਅੱਜ ਕੱਲ੍ਹ ਚਿਹਰੇ ਤਾਂ ਬੋਲਦੇ ਆ ਤੇ ਅੱਖਾਂ ਤਾਂ ਬਿਲਕੁਲ ਬਿਲਕੁਲ ਬੋਲਦਿਆਂ ਨੇ ਜੇ ਜੇ ਬੰਦਾ ਨੋਟ ਕਰਨ ਨਾਲ ਬਿਲਕੁਲ ਬਿਲਕੁਲ ਸੋਚ ਆਲਾ ਹੋਵੇ ਫਿਰ ਉਹ ਨਾ ਘਰ ਦੀਆਂ ਔਰਤਾਂ ਦੇ ਚਿਹਰੇ ਦੱਸ ਦਿੰਦੇ ਆ ਵੀ ਇੱਥੇ ਸਾਨੂੰ ਰਿਸ਼ਤਾ ਜੋੜਨਾ ਚਾਹੀਦਾ ਹੈ ਕਿ ਨਹੀਂ ਜੋੜਨਾ ਚਾਹੀਦਾ ਤੇ ਮੈਂ ਕਈ ਐਸੇ ਚਿਹਰੇ ਦੇਖੇ ਜਿਨ੍ਹਾਂ ਦੇ ਹੀਰੇ ਪਾਏ ਨੇ ਵੱਡੇ ਵੱਡੇ ਬੰਕਲੇ ਨੇ ਬੜੀਆਂ ਬੜੀਆਂ ਗੱਡੀਆਂ ਚ ਪਰ ਉਹਨਾਂ ਦੇ ਚਿਹਰੇ ਤੇ ਉਹਨਾਂ ਦੀਆਂ ਅੱਖਾਂ ਖੇੜ ਖੜਾ ਕੇ ਨਹੀਂ ਹੱਸਦੀ ਤੇ ਮੈਂ ਵੀ ਇਹੀ ਚਾਹੁੰਦੀ ਆ ਵੀ ਜਿੱਥੇ ਮੇਰੀ ਬੇਟੀ ਦਾ ਰਿਸ਼ਤਾ ਜੁੜੇ ਉਸ ਘਰ ਦੀਆਂ ਔਰਤਾਂ ਦੇ ਚਿਹਰੇ ਗੁਲਾਬ ਦੇ ਫੁੱਲ ਮੰਗੋ ਹੋਣੇ ਚਾਹੀਦੇ ਭਾਵੇਂ ਉਹ ਰਚ ਹੋਣ ਭਾਵੇਂ ਰਚ ਨਾ ਹੋਣ ਕਿਉਂਕਿ ਖੁਸ਼ੀਆਂ ਪੈਸਿਆਂ ਨਾਲ ਨਹੀਂ ਖਰੀਦੀਆਂ ਜਾਂਦੀਆਂ ਹਾਸੇ ਪੈਸਿਆਂ ਨਾਲ ਨਹੀਂ ਖਰੀਦੇ ਜਾਂਦੇ ਮੇਰੀ ਸੋਚ ਤਾਂ ਇਹ ਹੈ ਕਈਆਂ ਨੂੰ ਚੰਗੀ ਲੱਗੂ ਕਈਆਂ ਨੂੰ ਬਿਲਕੁਲ ਬਿਲਕੁਲ ਜਿਹੜੇ ਜਿਹੜਾਂ ਜਿਨ੍ਹਾਂ ਨੂੰ ਚੰਗੇ ਲੱਗੂਗੀ ਮੈਨੂੰ ਲੱਗਦਾ ਕਿ ਉਹ ਇੱਕ ਗੌਰ ਕਰਨਾ ਚਾਹੀਦਾ ਗੱਲ ਤੇ ਜਿਹੜੀ ਤੁਸੀਂ ਬੋਲੀ ਹੈ ਔਰ ਇੰਪਲੀਮੈਂਟਮੈਂਟ ਕਿਉਂਕਿ ਮੈਂ ਆਪਣੇ ਵਿਚਾਰ ਪੇਸ਼ ਕਰਦੀ ਹੁਣੇ ਆ ਮੈਂ ਥੋਪਦੀ ਨਹੀਂ ਹੁੰਦੀ ਨਹੀਂ ਨਹੀਂ ਇਹੀ ਐਕਸਪੀਰੀਅੰਸ ਹੈ ਮੈਮ ਜਿਹੜਾ ਤੁਸੀਂ ਇਹ ਚੀਜ਼ਾਂ ਕਹਿ ਰਹੇ ਹੋ ਨਾ ਇਹੀ ਐਕਸਪੀਰੀਅੰਸ ਨਾਲ ਆਉਂਦੀਆਂ ਇਹ ਆਪਾਂ ਜੇ ਸੋਚੇਗੇ ਮੈਂ 20 ਸਾਲ ਦਾ ਹੁੰਦਾ ਔਰ ਮੈਨੂੰ ਸਮਝ ਆ ਜਾਂਦੀ ਨਹੀਂ ਨਹੀਂ ਇਹ ਐਕਸਪੀਰੀਅੰਸ ਬੋਲਦਾ ਹੈ ਬਿਲਕੁਲ ਇੱਕ ਆਪਾਂ ਸਭ ਤੋਂ ਵੱਡੀ ਗਲਤੀ ਕਰਦੇ ਆ ਵੀ ਆਪਾਂ ਦੇਖਦੇ ਆ ਵੀ ਜੋ ਮਤਲਬ ਸਾਡੇ ਜੱਟ ਫੈਮਿਲੀਆ ਚ ਹੁੰਦਾ ਹੈ ਨਾ ਮੈਂ ਤਾਂ ਇਹੀ ਹੁੰਦਾ ਦੇਖਿਆ ਵੀ ਆਪਾਂ ਸਭ ਤੋਂ ਪਹਿਲਾਂ ਕਿਲੇ ਦੇਖਦੇ ਆ ਹੂੰ ਵੀ ਕਿੰਨੇ ਕਿਲੇ ਆਉਂਦੇ ਆ ਸੜੇ ਮਾਨਸਿਕ ਵਿਅਮ ਹੁੰਦਾ ਵੀ ਜੇ ਮੁੰਡੇ ਨੂੰ ਕੁਝ ਹੋ ਗਿਆ ਤਾਂ ਕੱਲ ਨੂੰ ਕੁੜੀ ਘਰੇ ਬਹਿ ਕੇ ਖਾ ਲੂ ਪਹਿਲਾਂ ਤਾਂ ਮਾੜਾ ਆਪਾਂ ਇੱਥੇ ਹੀ ਸੋਚ ਲੈਨੇ ਆ ਬਿਲਕੁਲ ਕੀ ਕੱਲ ਨੂੰ ਕੁਝ ਹੋ ਗਿਆ ਹਲੇ ਕੁੜੀ ਦਾ ਰਿਸ਼ਤਾ ਕੀਤਾ ਨਹੀਂ ਹੁੰਦਾ ਕੁੜੀ ਨੂੰ ਸੋਹਣੀ ਜ਼ਿੰਦਗੀ ਚ ਭੇਜਿਆ ਨਹੀਂ ਹੁੰਦਾ 네ਗੇਟਿਵ ਆਪਾਂ ਇਹ ਨਾ ਸੋਚ ਲੈਣਾ ਵੀ ਜੇ ਪਰਹਣੇ ਨੂੰ ਖੁਸ਼ ਹੋ ਗਿਆ ਹਾਂ ਕੁੜੀ ਬਹਿ ਕੇ ਖਾ ਤਾਂ ਨੂ ਬਿਲਕੁਲ ਪਹਿਲਾਂ ਤਾਂ ਮਾੜਾ ਤਾਂ ਆਪਾਂ ਹੀ ਸੋਚ ਲੈਨੇ ਆ ਬਿਲਕੁਲ ਹਾਂ ਮੰਨ ਲਓ 100 ਕਿੱਲਾ ਹੋ ਗਿਆ 150 ਕਿੱਲਾ ਹੋ ਗਿਆ 50 ਕਿੱਲੇ ਹੋ ਗਿਆ ਉਹ ਮੁੰਡਾ ਲਾਇਕ ਲਾ ਹੋਇਆ ਤੇ ਪਾਂਜੇ ਨਾਲੋਂ ਜ਼ੀਰੋ ਹਟਾਉਣ ਲੱਗਿਆ 2 ਮਹੀਨੇ ਨਹੀਂ ਲਾਉਂਦਾ ਹੂੰ ਜੇ ਮੁੰਡਾ ਲਾਇਕ ਹੋਇਆ ਤੇ ਪਾਜੇ ਨਾਲ ਪਤਾ ਨਹੀਂ ਕਿੰਨੀਆਂ ਜ਼ੀਰੋਂ ਲਾਉਣ ਲੱਗੇ ਪਿੰਡੀ ਲਾ ਬਿਲਕੁਲ ਬਿਲਕੁਲ ਸਭ ਤੋਂ ਪਹਿਲੇ ਗੱਲ ਲਾਇਕ ਪੀੜੀ ਲੱਭੋ ਹੂੰ ਵਧੀਆ ਮਾਪੇ ਹੋਣ ਵਧੀਆ ਬੱਚਾ ਹੋਵੇ ਨਾ ਨਕਸ਼ਾ ਵੱਲ ਵੀ ਬਾਲਾ ਨਾ ਜਾਓ ਬਿਲਕੁਲ ਕਿਉਂਕਿ 5-4 ਸਾਲਾਂ ਬਾਅਦ ਇਹਨਾਂ ਨੇ ਤਾਂ ਢਾਲੀ ਜਾਣਾ ਹੁੰਦਾ ਇਹ ਤਾਂ ਹੈ ਹਾਂ ਆਪਣੇ ਬੱਚੇ ਨਾਲ ਜਾਂਦਾ ਬੰਦਾ ਸੋਹਣਾ ਲੱਗਦਾ ਹੋਵੇ ਮਤਲਬ ਇੰਨਾ ਵੀ ਨਾ ਜਾਓ ਵੀ ਆਪਾਂ ਕਈ ਵਾਰ ਐ ਅਜਿਹੇ ਗੁਣੇ ਬੱਚੇ ਨੂੰ ਛੱਡ ਦਿੰਦੇ ਹਾਂ ਮੰਨ ਲਓ ਮੁੰਡੇ ਲਈ ਰਿਸ਼ਤਾ ਲੱਭਣ ਗਏ ਆ ਹਨਾ ਕੁੜੀ ਥੋੜੀ ਜੀ ਜ਼ਿਆਦਾ ਸਾਂਬਲੀ ਹੈ ਜਾਂ ਥੋੜੀ ਜੀ ਹਾਈਟ ਘੱਟ ਹੈ ਆ ਆਮ ਕਰਕੇ ਰਿਸ਼ਤੇ ਵਾਲੇ ਨਾ ਕਰ ਦਿੰਦੇ ਤੇ ਕਈ ਵਾਰ ਉਹ ਕੁੜੀ ਗੋਣਾ ਦਾ ਖਜ਼ਾਨਾ ਹੁੰਦੀ ਹੈ ਬਿਲਕੁਲ 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 ਮੈਂ ਕਹਿੰਨੀ ਆ ਵੀ ਆਸੇ ਆਲੇ ਦਿਵਾਲੇ ਪਤਾ ਕਰਕੇ ਇਹਨਾਂ ਖਜ਼ਾਨਿਆਂ ਨੂੰ ਮਿਸ ਨਾ ਕਰੋ ਬਿਲਕੁਲ ਬਿਲਕੁਲ ਮੈਨੂੰ ਤੁਸੀਂ ਬੜੀ ਸੁਣੀ ਗੱਲ ਕੀਤੀ ਔਰ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਲਈ ਸਿਰਫ ਰਿਸ਼ਤਾ ਨਹੀਂ ਮੋੜਨਾ ਚਾਹੀਦਾ ਕਿ ਉਹ ਥੋੜੀ ਸਾਂਬਲੀ ਹੈ ਜਾਂ ਹਾਈਟ ਘੱਟ ਹੈ ਜਾਂ ਮੋਟੀ ਹੈ ਇਹ ਚੀਜ਼ਾਂ ਤਾਂ ਠੀਕ ਹੋ ਸਕਦੀਆਂ ਇਹ ਚੀਜ਼ਾਂ ਤਾਂ ਸੈਕੰਡਰੀ ਨੇ ਸਭ ਤੋਂ ਵੱਡਾ ਦਿਲ ਤੇ ਦਿਮਾਗ ਤੇ ਸਿਰਤ ਕਿਦਾਂ ਦੀ ਆ ਉਹ ਹੋਣਾ ਚਾਹੀਦਾ ਹੈ ਕੀ ਨਿਭੂਗੀ ਸਾਡੀ ਦੋਨਾਂ ਦੀ ਨੇਚਰ ਕਿਦਾਂ ਉਹ ਦੇਖਣੀ ਚਾਹੀਦੀ ਇਹ ਚੀਜ਼ਾਂ ਦਾ ਸੈਕੰਡਰੀ ਨੇ ਤਾਂ ਇਹ ਮੈਟਰ ਨਹੀਂ ਕਰਦਾ ਕਲਰ ਕੁੱਲਰ ਹਾਈਟ weight ਇਹ ਚੀਜ਼ ਮੈਟਰ ਹੀ ਨਹੀਂ ਕਰਦੀ ਲੇਕਿਨ ਮੈਂ ਪਾਕਿਸਤਾਨ ਦੀ ਸਟੋਰੀ ਪੜੀ ਸੀ ਬੁਸ਼ਰਾ ਰਹਿਮਾਨ اچھا ਮੈਂ 7ਵੀਂ 8ਵੀਂ ਸੀ ਸੰਡੇ ਨੂੰ ਆਉਂਦੀ ਸੀ ਲਗਨ ਉਸ ਬਾਅਦ ਮੈਂ ਹੁਣ ਸਟੋਰੀ ਪੜੀ 2 ਸਾਲ ਪਹਿਲਾਂ ਬਹੁਤ ਸਾਲਾਂ ਬਾਅਦ ਮੈਂ ਦੇਖਿਆ ਵੀ ਅਖਬਾਰ ਚ ਬੁਸ਼ਰਾ ਰਹਿਮਾਨ ਜੀ ਦੀ ਸਟੋਰੀ ਆਉਣ ਲੱਗੀ ਤੇ ਉਹ ਹੁਣ ਏਸੇ ਉਸੇ ਸੀ ਜਿੱਥੋਂ ਮੈਨੂੰ ਉਹ ਸਟੋਰੀ ਪੜ੍ਹ ਕੇ ਅਗਲਾਈ ਮਤਲਬ ਮੁੰਡਾ ਦੀ ਚੁਆਇਸ ਹੁੰਦੀ ਹੈ ਵੀ ਮੇਰੀ ਜਿਹੜੀ ਮਤਲਬ ਜੀਵਨ ਦਾ ਸਾਥੀ ਹੈ ਉਹ ਬੜੀ ਸੋਹਣੀ ਹੋਵੇ ਜਿੰਨਾ ਸੋਹਣਾ ਮੈਂ ਹਾਂ ਉਹ ਡਾਕਟਰ ਹੁੰਦਾ ਤੇ ਉਹਨਾਂ ਦਾ ਕੁਦਰਤੀ ਮਤਲਬ ਅਦਲ ਬਦਲ ਹੋ ਜਾਂਦਾ ਦੋ ਭੈਣਾਂ ਹੁੰਦੀਆਂ ਨੇ ਛੋਟੀ ਸਾਵਲੀ ਹੁੰਦੀ ਹੈ ਮੋਟੀ ਹੁੰਦੀ ਹੈ ਪਰ ਘਰ ਦੇ ਕੰਮਾਂ ਚ ਨਪੁੰਨ ਹੁੰਦੀ ਹੈ ਬੱਡੀ ਬਹੁਤ ਸੋਹਣੀ ਹੁੰਦੀ ਹੈ ਘੋਰੀ ਚਿੱਟੀ ਵੀ ਰੱਬ ਨੇ ਵਿਲੇ ਬਹਿ ਕੇ ਬਣਾਈ ਹੁੰਦੀ ਹੈ ਪਰੀ ਉਹਨੂੰ ਕਹਿੰਦੇ ਹੁੰਦੇ ਆ ਤੇ ਅਦਲ ਬਦਲ ਰਿਸ਼ਤਾ ਹੋ ਜਾਂਦਾ ਮਤਲਬ ਜਿਹੜੀ ਜਿਆਦਾ ਸੋਹਣੀ ਹੁੰਦੀ ਹੈ ਉਹਦਾ ਦੂਜੇ ਥਾਂ ਹੋ ਜਾਂਦਾ ਹੈ ਜਿਹੜੀ ਸਾਂਬਲੀ ਸਲੋਨੇ ਹੁੰਦੀ ਹੈ ਉਹਦਾ ਮਤਲਬ ਡਾਕਟਰ ਨਾ ਹੋ ਜਾਂਦਾ ਉਹ 2-4 ਮਹੀਨੇ ਸੋਚਦਾ ਵੀ ਮੇਰੇ ਨਾਲ ਧੋਖਾ ਹੋ ਗਿਆ ਸਹੀ ਹੈ ਹੈਨਾ ਤੇ ਵੀ ਮੈਂ ਮੇਰੇ ਨਾਲ ਤਾਂ ਰੱਬ ਨੇ ਬਹੁਤ ਵੱਡੀ ਦੁਸ਼ਮਣੀ ਕੱਢ ਲਈ ਪਰ ਜਿਹੜੀ ਸਾਂਬਲੀ ਹੁੰਦੀ ਆ ਉਹਦੀ ਉਹ ਜਦੋਂ ਪੇਕੇ ਜਾਂਦੀ ਆ ਉਹ ਦੱਸਦੀ ਆ ਮਤਲਬ ਵੀ ਮੇਰੇ ਨਾਲ ਆ ਹੋ ਰਿਹਾ ਤੇ ਉਹਦੀ ਮਾਂ ਇੱਕੋ ਹੀ ਗੱਲ ਕਹਿੰਦੀ ਕਹਿੰਦੀ ਪੁੱਤ ਵੀ ਪਿਆਰ ਨਾਲ ਜਿੱਤ ਹਸਨ ਨਾਲ ਜਿੱਤਣਾ ਵੀ ਕੋਈ ਵੱਡੀ ਗੱਲ ਹੁੰਦੀ ਆ ਹਨਾ ਜੀ ਉਹ ਮਾਂ ਦੀ ਗੱਲ ਐਸੀ ਫੜ ਦੋ ਸਾਰਾ ਘਰ ਦਾ ਕੰਮ ਕਰਦੀ ਆ ਆਪਦੇ ਮਦਰ ਇਨ ਲਾ ਨੂੰ ਆਪਦੇ ਫਾਦਰ ਇਨ ਲਾ ਨੂੰ ਸਾਰੀ ਮਤਲਬ ਸਾਰਾ ਘਰ ਆਪਦੇ ਡਾਕਟਰ ਨੂੰ ਆਪਦੇ ਪਤੀ ਨੂੰ ਐਨੇ ਇੱਕ ਸਲੀਕੇ ਨਾਲ ਆ ਸੰਭਦੇ ਆ ਵੀ ਇੱਕ ਦਿਨ ਜਦੋਂ ਉਹ ਦੂਸਰੇ ਘਰੇ ਜਾਂਦਾ ਮਿਲਣ ਜਾਂਦਾ ਹੈ ਮਤਲਬ ਫਿਰ ਉਹ ਤਾਂ ਉਹਦੀ ਸਾਲੀ ਬਣ ਜਾਂਦੀ ਬਣ ਜਾਂਦੀ ਹੈ ਜਦੋਂ ਉਹਨਾਂ ਦੇ ਘਰੇ ਜਾਂਦਾ ਤੇ ਉਹ ਫਿਰ ਉਹਦੇ ਘਰ ਨੂੰ ਦੇਖਦਾ ਤੇ ਆਪਦੇ ਘਰ ਨੂੰ ਦੇਖਦਾ ਉਹਦਾ ਘਰ ਇੱਕ ਗੁਲਦਸਤੇ ਦੀ ਤਰ੍ਹਾਂ ਸਜਾਇਆ ਹੁੰਦਾ ਤੇ ਜਦੋਂ ਉੱਥੇ ਜਾਂਦਾ ਤੇ ਉਹ ਸੋਚਦਾ ਵੀ ਯਾਰ ਵੀ ਬਹੁਤ ਤਾਂ ਬਹੁਤ ਕੁਝ ਖਿਲਰਿਆ ਪਿਆ ਹੁੰਦਾ ਉਹਦਾ ਕੋਈ ਦਿਮਾਗ ਨਹੀਂ ਹੁੰਦਾ ਘਰ ਦੇ ਕੰਮਾਂ 'ਚ ਤੇ ਉਹ ਉਹ ਫਿਰ ਆਪਦੇ ਖੁਦਾ ਦਾ ਮਤਲਬ ਸ਼ੁ크ਰੀਆ ਦਾ ਕਰਦਾ ਹੈ ਵੀ ਮੈਂ ਤਾਂ ਐਵੇਂ ਹੀ ਸੋਚਦਾ ਰਿਹਾ ਵੀ ਤੂੰ ਗਲਤ ਪਾਰਟਨਰ ਦਿੱਤਾ ਹੈ ਬਿਲਕੁਲ ਬਿਲਕੁਲ ਤੂੰ ਸੋਚੀ ਬੈਠਾ ਸੀ ਬੀ ਜੀਵਨਾਂ ਮੈਂ ਤੈਨੂੰ ਇਹੋ ਜਿਹਾ 파ਟਨਰ ਚਾਹੀਦਾ ਹਾਲਾਂਕਿ ਉਹ ਬਹੁਤ ਬੇਹਦ ਮੋਟੀ ਹੁੰਦੀ ਹੈ ਸਾਭਲੀ ਹੁੰਦੀ ਹੈ ਤੇ ਉਹਦੇ ਚ ਗੋਣੀ ਇੰਨੇ ਹੁੰਦੇ ਆ ਵੀ ਉਹ ਡਾਕਟਰ ਨੂੰ ਨਾ ਉਹਦਾ ਸਾਵਲਾ ਪਾਟ ਦਿਸਦਾ ਤੇ ਨਾ ਉਹਦਾ ਮਟਾਪਾ ਦਿਸਦਾ ਉਹ ਦਿਲੋਂ ਹਮ ਇੱਕ ਸਾਲ ਬਾਅਦ ਦਿਲੋਂ ਉਹਨੂੰ ਐਂ ਕਹਿ ਕੇ ਹੱਥ ਬੰਨ ਕੇ ਕਹਿੰਦਾ ਵੀ ਤੂੰ ਮੈਨੂੰ ਪਿਆਰ ਕਰ ਸਕਦੀ ਤੂੰ ਮੈਨੂੰ ਆਪਦੇ ਦਿਲ ਚ ਜਗ੍ਹਾ ਦੇ ਸਕਦੀ ਹੈ ਦੇ ਸਕਦੀ ਹੈ ਤੇ ਜਿਹੜੀ ਮੈਂ ਗੱਲ ਪੁੱਛਣੀ ਸੀ ਨਾ ਉਹ ਆਪਾਂ ਥੋੜੀ ਜਿਹੀ ਉਧਰ ਚਲੇਗੇ ਤੇ ਮੈਂ ਆਪਾਂ ਜਾਣੇ ਸੀ ਕਿ ਤੁਸੀਂ ਜਦ ਫੋਟੋ ਦੇਖੀ ਸੀ ਸਰਦੀ ਪਹਿਲੀ ਵਾਰ ਵਿਆਹ ਤੋਂ ਨਹੀਂ ਕਿਉਂਕਿ ਸਾਡੀਆਂ ਫੈਮਿਲੀ ਆਪਸ ਵਿੱਚ ਵਰਤਦੀਆਂ ਸੀਗੀ ਅੱਛਾ ਤੇ ਸਾਡੀ ਜ਼ਮੀਨ ਅੱਖਾਂ ਕਿ ਅੱਖਾਂ ਚੱਕਤੀਆਂ ਸੀ ਤੁਸੀਂ ਸਰਦੀਆਂ ਕਿ ਨਹੀਂ ਮੈਨੂੰ ਤੇ ਇਹਨਾਂ ਦਾ ਥੋੜੀ ਦਾ ਟੋਆ ਪਸੰਦ ਆਇਆ ਸੀ ਇਹਨਾਂ ਦੇ ਸਮਾਈਲ ਤੇ ਥੋੜੀ ਦਾ ਟੋਆ ਤੇ ਮੇਰੀ ਬੇਟੀ ਹੋਈ ਸੀ ਮੈਂ ਫਟਾਫਟ ਚਾਰ ਪੰਜ ਦਿਨਾਂ ਬਾਅਦ ਉਹਨੂੰ ਦੇਖਿਆ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਚਿਹਰੇ ਤੇ ਉਹਦਾ ਟੋਆ ਦੇਖਿਆ ਥੋੜਾ ਜਿਹਾ ਹੈ ਉਹ ਪਾਪਾ ਵਰਗਾ ਟੋਆ ਹੋਗਾ ਨਹੀਂ ਨਹੀਂ ਲੇਕਿਨ ਮੈਨੂੰ ਲੱਗਦਾ ਹੈ ਕਿ ਸਰਦੀ ਅੱਖਾਂ ਵੀ ਬੋਲਦੀਆਂ ਮੈਂ ਜਿਆਦਾ ਨਹੀਂ ਮਿਲਿਆ ਹਜੇ 5-10 ਮਿੰਟ ਹੀ ਹੋਏ ਐ ਲੇਕਿਨ ਮੈਨੂੰ ਲੱਗਦਾ ਹੈ ਕਿ ਅੱਖਾਂ ਉਹਨਾਂ ਦੀ ਵੀ ਬਹੁਤ ਇੰਪ੍ਰੈਸਿਵ ਨੇ ਹਾਂ ਬਿਲਕੁਲ ਤੇ ਅੱਛਾ ਆਪਾਂ ਹੁਣ ਥੋੜਾ ਜਿਹਾ ਉਹ ਕਰਦੇ ਹਾਂ ਤੇ ਇਕ ਨਾ ਤੁਹਾਡਾ ਗਾਣਾ ਸੀਗਾ ਕਿ ਕੜੀਆਂ ਦੀ ਸੂਈ ਨਾ ਲਿਹਾਜ਼ ਕਰਦੀ ਮਾੜੇ ਸਮੇਂ ਤੇ ਮੈਂ ਤੇ ਨਾ ਡਾਂਤੀ ਮੈਂ TRAVEL ਆਇਆ ਸੋਚ ਕੇ ਨਿਸ਼ਾਨੇ ਨੂੰ ਕਿਉਂਕਿ ਵੇਖਦੀ ਨਾ ਗੋਲੀ ਆਪਣੇ ਬਗਾਨੇ ਨੂੰ ਬਿਲਕੁਲ ਵੀ ਜਦੋਂ ਗੋਲੀ ਆਪਾਂ ਕਈ ਵਾਰ ਵਿਆਹ ਸ਼ਾਦੀਆਂ 'ਚ ਹਾਦਸੇ ਜਾਂ ਕਈ ਵਾਰ ਇੰਜੋਏ ਕਰਦੇ ਹਾਦਸੇ ਹੁੰਦੇ ਆ ਉਹਦੋਂ ਥੋੜਾ ਜਿਹਾ ਸਮਝ ਕੇ ਕਿਉਂਕਿ ਜਦੋਂ ਇਹ ਗੋਲੀ ਚੱਲਦੀ ਹੈ ਨਾ ਮੂਰੇ ਆਪਦਾ ਖੜਾ ਹੈ ਕਿ ਬਗਾਨਾ ਖੜਾ ਹੈ ਇਹ ਨਹੀਂ ਦੇਖਦੀ ਹੈਨਾ ਆਪਣੇ ਲਈ ਬਗਾਨਾ ਹੈ ਪਰ ਉਹ ਕਿਸੇ ਦਾ ਤਾਂ ਆਪਦਾ ਹੈ ਬਿਲਕੁਲ ਬਿਲਕੁਲ ਹੈਨਾ ਇਹ ਹਥਿਆਰ ਨੂੰ ਥੋੜਾ ਜਿਹਾ ਸੋਚ ਕੇ ਬਿਲਕੁਲ ਔਰ ਇਹ ਜਿਹੜੀ ਲਾਈਨਾਂ ਨੇ ਕਿ ਮਿਹਨਤ ਕਰਨੀ ਚਾਹੀਦੀ ਹੈ ਤੁਸੀਂ ਹਰ ਵਾਰ ਬੋਲਦੇ ਹੋ ਕਿ ਮਿਹਨਤ ਕਰਨੀ ਚਾਹੀਦੀ ਹੈ ਔਰ ਤੁਸੀਂ ਤਾਂ ਬਹੁਤ ਜ਼ਿਆਦਾ ਕੀਤੀ ਹੈ ਮਿਹਨਤ ਤੇ ਮੈਡਮ ਹੁਣ ਟਾਈਮ ਚ ਕੀ ਫਰਕ ਆਇਆ ਕਿਸ ਟਾਈਮ ਦਾ ਕਿ ਹੁਣ ਜ਼ਿੰਦਗੀ ਚ ਕਿਸ ਤਰ੍ਹਾਂ ਦੀ ਛਾੜ ਜਿੱਦਾਂ ਪਹਿਲੇ ਤੁਸੀਂ ਸਟਾਰਟ ਕੀਤਾ ਕਿ ਉਸ ਵੇਲੇ ਤਾਂ ਲੋੜ ਸੀਗੀ ਜਿੱਦਾਂ ਤੁਸੀਂ ਕਈ ਵੀ ਇੰਟਰਵਿਊ ਚ ਕਿਹਾ ਕਿ ਉਸ ਵੇਲੇ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਸੀਗਾ ਲੇਕਿਨ ਹੁਣ ਥੋੜਾ ਟਾਈਮ ਚੇਂਜ ਹੋ ਗਿਆ ਹੈ ਨਾ ਤੁਹਾਡੀ ਜ਼ਿੰਦਗੀ ਵੀ ਉੱਪਰ ਉੱਠ ਗਈ ਹੈ ਹੁਣ ਹੁਣ ਉਹ ਕਿਸ ਤਰ੍ਹਾਂ ਦਾ ਚੱਲਦਾ ਹੈ ਹੁਣ ਸਾਰਾ ਕੁਝ ਆ ਗਿਆ ਹਾਂ ਨਾ ਜੀ ਹੁਣ ਉਹ ਸਾਰਾ ਕੁਝ ਪਾ ਕੇ ਐਂ ਲੱਗਦਾ ਵੀ ਹਾਲੇ ਜੋ ਮੈਂ ਪਾਉਣਾ ਉਹ ਤਾਂ ਰਹਿ ਗਿਆ ਹਾਂ ਮੈਂ ਤਾਂ ਚੀਜ਼ਾਂ ਹੀ ਹਾਸਲ ਕੀਤੀਆਂ ਨੇ ਨਾ ਹੈ ਨਾ ਕੋਠੀ ਹਾਸਲ ਕਰ ਲਈ ਜਮੀਨ ਬਣਾ ਲਈ ਮਹਿੰਗੇ ਗੱਡੀ ਲੈ ਲਈ ਮਹਿੰਗੇ ਸੋਫੇ ਲੈ ਲਈ ਮਹਿੰਗੇ ਬੈਡ ਇਹ ਤਾਂ ਮੈਂ ਵਸਤੂਆਂ ਹਾਂ ਹਾਸਲ ਕੀਤੀਆਂ ਤੇ ਜੋ ਮੈਂ ਹਾਸਲ ਕਰਨਾ ਉਹ ਤਾਂ ਸਾਰਾ ਹੀ ਪਿਆ ਹਾਲੇ ਰੂਹ ਦੀ ਖੁਰਾਕ ਜਿਹੜੀ ਹੈ ਹਾਂ ਰੂਹ ਦੀ ਖੁਰਾਕ ਹੈ ਜਾਂ ਜੋ ਮੈਂ ਅੱਛਾ ਕੋਈ ਕੰਮ ਕਰਨਾ ਚਾਹੁੰਦੀ ਹਾਂ ਜਾ ਕੀਤਾ ਹੈ ਹੋਰ ਮੈਂ ਹਲੇ ਤ ਰੂਹ ਦੀ ਖਰਾਕ ਰਹਿ ਗਈ ਜੋ ਮੇਰੇ ਬ੍ਰੇਨ ਚ ਹੈ ਵੀ ਆ ਕੁਝ ਜਿਹਦਾ ਮੈਨੂੰ ਆਏ ਲੱਗਦਾ ਵੀ ਮੈਂ ਧਰਮਰਾਜ ਕੋਲੇ ਜਾਵਾਂ ਤਾਂ ਮੈਂ ਕੁਝ ਕਹਿ ਸਕਾਂ ਵੀ ਮੈਂ ਆਪਦੀ ਜ਼ਿੰਦਗੀ ਚ ਆ ਅੱਛਾ ਕੀਤਾ ਉਹ ਹਲੇ ਤਾਂ ਸਾਰਾ ਹੀ ਰਹਿੰਦਾ ਹੂੰ ਜਿਦਾਂ ਇੱਕ ਆਪਾਂ ਡਿਸਕਸ ਕਰ ਲਿਆ ਕਿ ਬੱਕੇਡ ਲਿਸਟ ਇੱਕ ਤਾਰिफ ਲੋਹਾਰ ਸਾਹਿਬ ਨਾਲ ਹੈਗਾ ਹੋਰ ਕੀ ਕੀ ਤੁਹਾਡੇ ਮਾਈਂਡ ਚ ਹੈਗਾ ਦੇਖੋ ਜੀ ਸੁਪਨੇ ਤਾਂ ਮੇਰੇ ਬਹੁਤ ਵੱਡੇ ਵੱਡੇ ਨੇ ਦੱਸੋ ਦੋ ਤਾਂ ਪਰ ਉਹਨਾਂ ਗਾਉਣਾ ਨਹੀਂ ਨਾ ਹੁੰਦਾ ਨਹੀਂ ਦੋ ਚਾਰ ਦੱਸ ਦੋ ਜੇ ਹੈਗੇ ਐ ਨਹੀਂ ਨਹੀਂ ਬੜੇ ਵੱਡੇ ਵੱਡੇ ਨੇ ਬੜੇ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਸੁਪਨੇ ਨੇ ਵੀ ਮੈਂ ਆ ਆਰਟਿਸਟ ਨਾਲ ਹੀ ਗਾਵਾ ਮੈਂ ਦੇ ਨਾਲ ਵੀ ਗਾਵਾ ਮੈਂ ਪਰ ਉਹਨਾਂ ਦਾ ਅਉਧਾ ਇੰਨਾ ਕੁਛ ਹੈ ਉਹਨਾਂ ਦਾ ਗਿਆਨ ਇੰਨਾ ਕੁਛ ਹੈ ਵੀ ਉਹਨਾਂ ਦੀ ਸੰਗੀਤ ਦੀ ਸਿੱਖਿਆ ਇੰਨੀ ਕੁਛੀ ਹੈ ਵੀ ਮੈਂ ਉਹਨਾਂ ਨੂੰ ਸੁਣ ਲੈਨੇ ਆ ਇੰਨਾ ਹੀ ਮੇਰੇ ਲਈ ਬਹੁਤ ਵੱਡੀ ਜਾਨ ਨਹੀਂ ਮੈਨੂੰ ਲੱਗਦਾ ਮੈਡਮ ਕਿ ਜੋ ਤੁਸੀਂ ਸੋਚਦੇ ਹੋ ਨਾ ਉਹ ਬ੍ਰਹਮੰਡ ਚ ਜਦ ਜਾਂਦਾ ਹੈ ਤੇ ਅੱਜ ਕੱਲ ਨਵਾਂ ਵਰਡ ਚੱਲ ਰਿਹਾ ਹੈ ਮੈਨੀਫੈਸਟ ਕਰਨਾ ਨਾ ਕਿ ਆਪਾਂ ਮੈਨੀਫੈਸਟ ਕਰਦਾ ਸੀ ਬੋਲਦੇ ਹਾਂ ਯੂਨੀਵਰਸ ਨੂੰ ਕਿ ਸਾਨੂੰ ਉਹ ਚੀਜ਼ ਚਾਹੀਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਉਹ ਸ਼ਾਇਦ ਪੂਰਾ ਹੋਏਗਾ ਹੀ ਹੋਏਗਾ ਉਹਦੇ ਵਿੱਚ ਉਹ ਕੋਈ ਦੋ ਰਾਇ ਨਹੀਂ ਕਿਉਂਕਿ ਆਪਾਂ ਹੁਣੇ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਵੀ ਉਹੀ ਚੀਜ਼ ਸੋਚ ਰਹੇ ਹੋ ਔਰ ਮੈਂ ਵੀ ਉਹੀ ਸੋਚ ਸੋਚ ਰਹੇ ਹਾਂ ਤੇ ਉਹ ਦੇਖੋ ਸਭ ਨੂੰ ਪੱਤ ਯੂਨੀਵਰਸ ਚੀਜ਼ ਚੱਲ ਰਹੀ ਹੈ ਮੇਰੇ ਹਸਬੰਦ ਹਮੇਸ਼ਾ ਤੋਂ ਕਹਿੰਦੇ ਰਹਿੰਦੇ ਹੁੰਦੇ ਸੀ ਜਸਵਿੰਦਰ ਤੂੰ ਕਦੇ ਨੋਟ ਕੀਤਾ ਵੀ ਜਦੋਂ ਤੂੰ ਗਾਉਣੀ ਆ ਫੋਕ ਵੀ ਤੇਰੀ ਆਵਾਜ਼ ਆਏ ਲੱਗਦੇ ਆਏ ਲੱਗਦੇ ਮੈਂ ਕਹਿੰਨੀ ਨਹੀਂ ਪਹਿਲਾਂ ਤਾਂ ਮੈਂ ਕਿਹਾ 10-15 ਸਾਲ ਲਟੋਏ ਭਰਨ ਚ ਲੰਘੇ ਪਤਾ ਹੀ ਨਹੀਂ ਹੁੰਦਾ ਸੀ ਤੇ ਮੈਂ ਕਿਹਾ ਵੀ ਹੁਣ ਫਿਰ ਮੈਂ 6 ਸਾਲ ਦੇ ਡਿਪਰੈਸ਼ਨ ਤੋਂ ਬਾਅਦ ਜਦੋਂ ਦੁਬਾਰਾ ਆਈ ਤੇ ਹੁਣ ਮੈਂ ਤੁਹਾਨੂੰ ਕਿਹਾ ਨਾ ਵੀ ਬਹੁਤ ਚੀਜ਼ਾਂ ਐਸੀਆਂ ਪਈਆਂ ਨੇ ਜਿਹੜੀਆਂ ਮੈਂ ਕਰਨੀਆਂ ਨੇ ਡਬਲ ਪਾਵਰ ਨਾਲ ਆਏ ਹੁਣ ਤੁਸੀਂ ਡਬਲ ਪਾਵਰ ਨਹੀਂ ਉਹ ਵਾਇਗੁਰੂ ਨੇ ਦਿੱਤੀ ਤੁਸੀਂ ਇੱਕ ਇੰਟਰੂ ਜੈਸੀ ਕਿ ਆਪਾਂ ਉਂਗਲੀਆਂ ਇਕੱਠੇ ਕਰ ਲਈਏ ਤੇ ਡਬਲ ਪਾਵਰ ਬਣ ਜਾਂਦੀ ਜੇ ਆਪ ਇੱਕ ਨੂੰ ਕਰ ਦੋ ਹਾਂ ਤੇ ਉਹ ਕਰੇ ਮੈਂ ਕਹਿੰਨੀ ਆ ਵੀ ਹਮੇਸ਼ਾ ਡਬਲ ਪਾਵਰ ਬਣ ਕੇ ਰੋ ਉਹ ਮੈਂ ਇਕੱਲੀ ਨਹੀਂ ਬਣ ਸਕਦੀ ਇੱਕ ਟੀਮ ਹੁੰਦੀ ਹੈ ਜਿਵੇਂ ਹੁਣ ਜਿਗਰਾ ਗਾਣਾ ਆਇਆ ਹਨਾ ਜੀ ਇੱਕ ਟੀਮ ਹੈ ਸਾਡੇ ਅਮਰ ਅਮਰਦੀਪ ਗਰੇਵਾਲ ਸਾਹਿਬ ਨੇ ਸੰਦੀਪ ਐ ਲੱਭੀ ਐ ਮੇਰੇ ਹਸਬੰਡ ਐ ਮੈਂ ਯਹਾਂ ਸਿਮਰਨ ਟਾਂਡਲੀ ਐ ਇੱਕ ਮਿਊਜ਼ਿਕ ਐ ਸਾਰੀ ਇੱਕ ਟੀਮ ਐ ਫਿਰ ਜਾ ਕੇ ਕਿਤੇ ਜਿਗਰਾ ਬਣਿਆ ਇਹ ਜਿਗਰਾ ਐਵੇਂ ਨਹੀਂ ਬਣਿਆ ਫਿਰ ਕਿਤੇ ਜਾ ਕੇ ਜਿਗਰਾ ਬਣਿਆ ਤੇ ਇਹਦੇ ਚ ਮਤਲਬ ਮੇਨ ਥੀਮ ਐ ਵੀ ਕੱਲੇ ਡੋਲੇ ਬਣਾਉਣ ਨਾਲ ਵੀ ਕੁਝ ਨਹੀਂ ਹੁੰਦਾ ਵੀ ਡੋਲੇ ਬਣਾ ਕੇ ਆਪ ਆਪ ਹੀ ਦੇਖੇ ਜਾਈਏ ਜਬ ਪੋਟਾ ਕਚਾਈ ਜਾਈਏ ਹੈ ਨਾ ਵੀ ਜਿਗਰਾ ਵੀ ਹੋਣਾ ਚਾਹੀਦਾ ਇਨ ਇਹਨਾਂ ਤੋਂ ਕਮ ਲੈ ਲੈਣਾ ਚਾਹੀਦਾ ਬਿਲਕੁਲ 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 ਹਾਂਜੀ ਬਿਲਕੁਲ ਤੇ ਅੱਜ 3.5 ਲੱਖ ਕ੍ਰਾਸ ਕਰ ਚੁੱਕਿਆ ਗਾਣਾ ਤੁਹਾਡਾ ਤੇ ਮੈਨੂੰ ਵੱਲਗੀ ਹੈ ਤਾਂ ਹੋਰ ਉੱਪਰ ਜਾਊਗਾ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਹੋਰ ਚੱਲਦਾ ਰਹੂਗਾ ਇਹ ਤਾਂ ਮੇਰੇ ਕਹਿੰਦਾ 24 ਘੰਟੇ ਵੀ ਪੂਰੇ ਨਹੀਂ ਹੋਏ ਗਾਣੇ ਨੂੰ ਆਏ 24 ਘੰਟੇ 24 ਘੰਟੇ ਵੀ ਨਹੀਂ ਹੋਏ ਗਾਣੇ ਨੂੰ ਮੈਂ ਇਹ ਕਹਿਣਾ ਚਾਹੁੰਦੇ ਆਂ ਵੀ ਕਈ ਵਾਰ ਥੱਲੇ ਹੋਰਾਂ ਦੇ ਪੋਸਟਾਂ ਦੇ ਲੋਕ ਕਮੈਂਟ ਕਰ ਦਿੰਦੇ ਆ ਵੀ ਕਲਾਕਾਰਾਂ ਨੂੰ ਤਾਂ ਤੁਸੀਂ ਸ਼ੇਅਰ ਕਰਦੇ ਰਹਿੰਨੇ ਹੋ ਕਲਾਕਾਰਾਂ ਦੀਆਂ ਪੋਸਟਾਂ ਨੂੰ ਕਮੈਂਟ ਕਰਦੇ ਹੋ ਤੁਸੀਂ ਐਸ ਪੋਸਟ ਨੂੰ ਚੰਗੀ ਚੀਜ਼ ਨੂੰ ਕਿਉਂ ਨਹੀਂ ਤੇ ਮੈਂ ਕਹਿੰਦੇ ਵੀ ਜਦੋਂ ਵੀ ਕੋਈ ਵੀ ਕਲਾਕਾਰ ਮੈਂ ਨੇ ਚੰਗੀ ਚੀਜ਼ ਜਾਂ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਤੇ ਪਲੀਜ਼ ਤੁਸੀਂ ਵੀ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਇਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਛੇਵੇਂ ਦਰਿਆ ਨਸ਼ਿਆਂ ਦਾ ਸਾਡੇ ਪੰਜਾਬ ਚ ਵਗ ਰਿਹਾ ਔਰ ਪਹਿਲੇ ਨਾ ਮੈਂ ਆਡੀਓ ਸੁਣਿਆ ਗਾਣੇ ਦਾ ਕੱਲ ਰਾਤ ਨੂੰ ਮੈਂ ਗੱਡੀ ਜਾਂਦੇ ਹੋਏ ਪਹਿਲੇ ਮੈਂ ਆਡੀਓ ਸੁਣਿਆ ਜ ਸੰਦੀਪ ਨੇ ਭੇਜਿਆ ਸੀ ਉਹ ਪਹਿਲੇ ਉਹਨੇ WhatsApp ਕੀਤਾ ਸੀ ਤਾਂ ਮੈਂ ਉਸ ਵੇਲੇ ਵੀ ਆਡੀਓ ਸੁਣਿਆ ਕੱਲ ਫਿਰ ਮੈਂ ਆਡੀਓ ਸੁਣਿਆ ਲੇਕਿਨ ਰਾਤ ਨੂੰ ਮੈਂ ਫਿਰ ਕਰ ਜਾ ਕੇ ਨਾ ਉਹਦੀ ਵੀਡੀਓ ਦੇਖੀ ਤੇ ਮੈਂ ਕਹਿੰਦਾ ਅਸਲੀ ਚੀਜ਼ ਤਾਂ ਇਹ ਹੈ ਅਸਲ ਚੀਜ਼ ਇਹ ਹੈ ਤੇ ਵੀ ਇਹ ਚੀਜ਼ਾਂ ਦਾ ਅਈਆਂ ਜਿਹੀਆਂ ਚੀਜ਼ਾਂ ਦਾ ਜੇ ਆਪਾਂ ਸਾਥ ਦੇਵਾਂਗੇ ਬੂੰਦ ਬੂੰਦ ਨਾਲ ਸਾਗਰ ਭਰ ਦੇ ਫੇਰ ਹੀ ਕਿਤੇ ਇਹ ਚੀਜ਼ਾਂ ਜਾ ਕੇ ਰੁਕਣਗੀਆਂ ਲੋਰ ਮੈਨੂੰ ਲੱਗਦਾ ਕਿ ਜੋੜਾ ਉਹਦੇ ਵਿੱਚ ਸੀਗਾ ਨਾ ਕਿ ਯੂਥ ਨੂੰ ਆਪ ਹੀ ਉਹਦੇ ਵਿੱਚ ਲੈਣਾ ਵੀ ਸ਼ਾਇਦ ਸੀਗੀਆਂ ਕਿ ਯੂਥ ਆਪ ਖੜਾ ਹੋ ਗਿਆ ਅਖਬਾਰ ਦੀ ਕਟਿੰਗ ਦੇ ਵਿਚ ਆ ਰਿਹਾ ਕਿਤੇ ਹੁਣ ਹੋਣਾ ਚਾਹੀਦਾ ਹੈ ਨਾ ਕੁਝ ਜਿਹੜੇ ਮੇਰੇ ਭਰਾ ਮੇਰੇ ਵੀਰ ਮੈਂ ਮਤਲਬ ਨਸ਼ਾ ਕਰਦੇ ਨੇ ਉਹਨਾਂ ਨੂੰ ਆਪ ਦਾ ਮਨ ਮਜ਼ਬੂਤ ਕਰਨਾ ਪੈਣਾ ਹੈ ਨਾ ਵੀ ਜੇ ਉਹ ਰੋਜ਼ ਥੋੜਾ ਥੋੜਾ ਘਟਾਉਣਗੇ ਤੇ ਇੱਕ ਦਿਨ ਉਹ ਚੀਜ਼ ਮਾਈਨਸ ਮਾਈਨਸ ਹੋ ਜਾਊਗੀ ਹੋ ਜਾਏ ਕੁਝ ਉਹ ਆਪ ਬਣਾਉਣ ਕੁਝ ਆਪਣੇ ਵਰਗੇ ਭੈਣ ਭ ਨਾਲ ਉਹਨਾਂ ਦੇ ਚੱਲਣ ਉਹਨਾਂ ਦਾ ਛਡਾਉਣ ਤੇ ਇਹ ਚੀਜ਼ਾਂ ਦੇ ਖਿਲਾਫ ਖੜੇ ਹੋ। ਬਿਲਕੁਲ ਬਿਲਕੁਲ ਤੇ ਇਸ ਤੋਂ ਬਾਅਦ ਹੋਰ ਕਿਹੜੇ ਕੋਈ ਗਾਣੇ ਲਾਈਨ ਅਪ ਹੈਗੇ ਮੈਂ? ਹਾਂਜੀ ਲਾਈਨ ਬਣੀ ਪਈ ਆ ਪਰ ਉਹ ਕਹਿੰਦੇ ਹੁੰਦੇ ਨੇ ਵੀ ਕੰਪਨੀ ਵੱਲੋਂ ਇੱਕ ਹੁੰਦਾ ਵੀ ਨਹੀਂ। ਹੂੰ ਆਈਡੀਆ ਨਹੀਂ ਦੱਸਣਾ। ਆਈਡੀਆ ਨਹੀਂ ਦੱਸਣਾ। ਹਾਂਜੀ ਕੋਸ਼ਿਸ਼ ਕਰਾਂਗੇ ਅੱਛੀ ਚੀਜ਼ ਦੇਣ ਦੀ। ਭਾਵੇਂ ਉਹ ਨਚਣ ਵਾਲਾ ਗੀਤ ਹੋਵੇ, ਭਾਵੇਂ ਉਹ ਲੋਕ ਤਤ ਹੋਵੇ, ਭਾਵੇਂ ਕੋਈ ਮੈਸੇਜ ਹੋਵੇ, ਭਾਵੇਂ ਉਹ ਸੈਡ ਤੇ ਜ਼ਿਆਦਾ ਡਿਲੇ ਤਾਂ ਨਹੀਂ ਕਰੋਗੇ ਕੱਡਣ ਚ ਹੁਣ ਗੱਲ ਨਹੀਂ। ਨਹੀਂ। ਕੋਸ਼ਿਸ਼ ਹੈ। ਬਾਕੀ ਦੋ ਦੋ ਕੁ ਮਹੀਨੇ ਇੱਕ ਮਹੀਨੇ ਦੇ ਅੰਦਰ ਅੰਦਰ ਹਨਾ ਕੋਸ਼ਿਸ਼ ਇੱਕ ਫਿਲਮ ਮੂਵੀ ਦਾ ਗਾਣਾ ਆ ਰਿਹਾ ਬੋਹੇ ਬਾਰੀਆਂ ਚ ਉਹਦੇ ਚ ਵੀ ਆ ਤੇ ਉਸ ਬਾਦ ਕੋਸ਼ਿਸ਼ ਹੈ ਹਾਂ ਤੇ ਅਗਲੇ ਸਾਲ ਤੱਕ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਆਰਿਸ਼ ਲੋਹਰ ਨਾਲ ਵੀ ਆ ਜਾਏ ਮੈਂ ਤਾਂ ਕਹਿੰਦੀ ਇਹ ਅਗਲੇ ਸਾਲ ਕਿਉਂ ਇਸੇ ਸਾਲ ਚ ਹੋ ਜਾਵੇ ਮੈਨੂੰ ਇੰਟਰਵਿਊ ਜਮਨ ਲੱਗਦਾ 10 15 ਵਾਰ ਬੋਲਦਾ ਹਾਂ ਮੈਂ ਸੰਦੀਪ ਨੂੰ ਦੁਬਾਰਾ ਅੱਜ ਮੈਂ ਫੋਨ ਕਰਕੇ ਕਹੂੰਗਾ ਕਿ ਇਹ ਚੀਜ਼ ਕਰੋ ਆਈ ਨਹੀਂ ਤੇ ਮੈਂ ਉਹਨੂੰ ਨਹੀਂ ਤਾਂ ਮਿਲ ਕੇ ਕਹਿਣਾ ਸੀ ਇਹ ਚੀਜ਼ ਹਾਂ ਮੈਨੂੰ ਕੁਝ ਕੁ ਗਾਣੇ ਮੈਨੂੰ ਬੜੇ ਪਸੰਦ ਆ ਜਿਵੇਂ ਮੈਂ ਆਮ ਹੀ ਗਾਉਣੀ ਆ ਜੋਗੀ ਬਾਠਾ ਬਿਨ ਬਜਾਵੇ ਜੋਗੀ ਬਾਠਾ ਬਿਨ ਬਜਾਵੇ ਦੇਲੇ ਮੇਰੇ ਨੂੰ ਚਾਨਣਾਵੇ ਹੱਸ ਪਈ ਸਪਣੀ ਰੋਇਆ ਸਪੇ ਆ ਹਾਯ ਰਬਾ ਨਈਓ ਲੱਗਦਾ ਦਿਲ ਮੇਰਾ ਸਜਣਾ ਬਾਜ ਹੋਇਆ ਹਾਨੇ ਹਾਏ ਰੱਬਾ ਨਈਓ ਲੱਗਦਾ ਦਿਲ ਮੇਰਾ ਜਮੈਂ ਬੋਲ ਮਿਟੀ ਦੇ ਬਾਬਿਆ ਇਤਾਂ ਦੇ ਗੀਤ ਪਾਕਿਸਤਾਨ ਦੇ ਮੈਂ ਬਹੁਤ ਕਹਨੀ ਮੇਰੇ ਦਿਲ ਨੂੰ ਪਸੰਦ ਆਉਂਦੇ ਨੇ ਮਨ ਲਾਉਦਾ ਕਿ ਇੱਕ ਹੋਰ ਮੈਂ ਮੰਗ ਲੈਣਾ ਅੱਜ ਜਾਂਦੇ ਜਾਂਦੇ ਤੁਹਾਡੇ ਤੋਂ ਕਿ ਸ਼ਾਇਦ ਅਗਲੇ ਸਾਲ ਆਪਾਂ ਦੁਬਈ 'ਚ ਇਹਦਾ ਪ੍ਰੀਮੀਅਰ ਕਰੀਏ ਕਿ ਆਰਿਫ ਲੋਹਾਰ ਸਾਹਿਬ ਉਹ ਦਰਵੈ ਨੇ ਤੁਸੀਂ ਇਧਰੋਂ ਗਏ ਨੇ ਤੇ ਆਪਾਂ ਉੱਥੇ ਆਡੀਓ ਰਿਲੀਜ਼ ਕਰ ਰਹੇ ਆ ਗਾਣੇ ਦਾ ਬਸ ਇਹ ਸੁਪਨਾ ਥੋੜਾ ਬਹੁਤ ਜਲਦੀ ਪੂਰਾ ਹੋਵੇ ਨਹੀਂ ਨਹੀਂ ਚੀਜ਼ਾਂ ਕਰਦੇ ਮੈਨੂੰ ਬੋਲਦੇ ਰਹਿਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਦ ਉਹ ਕਹਿੰਦੇ ਨੇ ਕਿ ਮੇਰੇ ਉਹਨਾਂ ਦਾ ਬੇਟਾ ਵੀ ਪੜਾ ਪਸੰਦ ਹੈ ਜਦੋਂ ਵਾਏ ਬਾਲ ਕਰਕੇ ਆਇਆ ਹਾਂ ਮੈਂ ਇੱਕ ਕਰਕੇ ਉਹ ਕਰਦਾ ਨਾ ਕੀ ਹੈ ਬਾਤ ਸਰਸਵਤੀ ਕਹਿੰਦੇ ਕਿ 24 ਘੰਟੇ 'ਚ ਇੱਕ ਦਿਨ ਕਿਆ ਸੱਚੀ ਹੁੰਦੀ ਹੈ ਤੇ ਬੈਠੇ ਹੁੰਦੀ ਹੈ ਤੇ ਕਿਆ ਪਤਾ ਹੁਣ ਬੈਠੀ ਹੋਵੇ ਤਾਂ ਸੱਚੀ ਹੋ ਜੇ ਬਿਲਕੁਲ ਜੀ ਸੱਚੀ ਹੋ ਤੇ ਥੈਂਕ ਯੂ ਸੋ ਮਚ ਮੈਮ ਤੁਸੀਂ ਆਏ ਤੇ ਮੈਨੂੰ ਬਹੁਤ ਵਧੀਆ ਲੱਗਿਆ ਆਪਾਂ ਦੁਆ ਕਰਦੇ ਹਾਂ ਕਿ ਜਲਦੀ ਜਲਦੀ ਤੁਹਾਡੇ ਜਿਹੜੇ ਜਿੰਨੇ ਵੀ ਸੁਪਨੇ ਨੇ ਉਹ ਪੂਰੇ ਹੋਣ ਤੇ ਆਪਾਂ ਹਰ ਸੁਪਨੇ ਤੇ ਪੂਰਾ ਹੋਣ ਤੇ ਇੱਕ ਇੰਟਰਵਿਊ ਕਰੀਏ ਹਾਂ ਦੁਬਾਰਾ ਆइए ਹਾਲੇ ਬਹੁਤ ਸਾਰੀਆਂ ਗੱਲਾਂ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਕਹਿੰਦੇ ਭਰਿਆ ਹੀ ਪਿਆ ਸਾਰਾ ਕੁਝ ਤੇ ਥੋੜੀ 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 ਹਾਂਜੀ 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 ਉਹੀ ਸੀ ਦੋਈ ਸੀ ਬਹੁਤ ਵਧੀਆ ਸੱਚ ਥੈਂਕ ਯੂ ਥੈਂਕ ਯੂ ਥ